ਢੀੜੀ ਪੰਜਾਬੀ ਦੇ तमाम ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦਾ ਮਸਲਾ ਦੇ ਵਿੱਚ ਨਿਗਾਹ ਸਵਾਗਤ ਦੋਸਤੋ ਜਿਵੇਂ ਤੁਸੀਂ 10 ਜਾਣਦੇ ਹੋ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਸ਼ਨੀਵਾਰ ਦੇ ਅਜਦੇ ਮਸਲ ਦੇ ਵਿੱਚ ਕੁਝ ਤਬਦੀਲੀ ਕਰਕੇ ਇੱਕ ਇਸ ਨੂੰ ਨਵਿਕਲੀ ਪਛਾਣ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦਾ ਜਿਹੜੀ ਪਰਿਵਰਤਨ ਕੀਤਾ ਹੈ ਬਦਲਾ ਕੀਤਾ ਉਹ ਇਹ ਕਿ ਕਿਸੇ ਇੱਕ ਮੁੱਦੇ ਦੀ ਬਜਾਏ ਅਸੀਂ ਪਿਛਲੇ ਹਫਤੇ ਜਿਹੜੀਆਂ ਰਾਸ਼ਟਰੀ ਅੰਤਰਰਾਸ਼ਟਰੀ ਗਤੀਵਿਧੀਆਂ ਹੋਈਆਂ ਜਿਹੜੀਆਂ ਸੁਰਖੀਆਂ ਬਣੀਆਂ ਅਖਬਾਰਾਂ ਦੀਆਂ ਉਹਨਾਂ ਦੇ ਉੱਪਰ ਚਰਚਾ ਕਰਦੇ ਹਾਂ ਅੱਜ ਇਸ ਕੜੀ ਨੂੰ ਲੈ ਕੇ ਇੱਕ ਬਰਫੇਰ ਹਾਜ਼ਰ ਹਾਂ ਔਰ ਗੱਲਬਾਤ ਫੇਰ ਕਰਾਂਗੇ ਹਫਤਾਵਰ ਗਤੀਵਿਧੀਆਂ ਤੇ ਇਸ ਵਿਖਿਆ ਔਰ ਇਸ ਚਰਚਾ ਦੇ ਵਿੱਚ ਪਾਗਲਣ ਵਾਸਤੇ ਇਹਨਾਂ ਸਾਰੀ ਗਤੀਵਿਧੀਆਂ ਦੇ ਉੱਪਰ ਵਿਸ਼ਾ ਮਾਇਰ ਸਾਡੇ ਨਾਲ ਹੋਣਗੇ ਮਾਨਯੋਗ ਸ੍ਰੀ ਜਤਿੰਦਰ ਪੰਨੂ ਜੀ ਜਿਹੜੇ ਕਿ ਬਹੁਤ ਉੱਗੇ ਸੀਨੀਅਰ ਪੱਤਰਕਾਰ ਨੇ ਪੰਨੂ ਸਾਹਿਬ ਤੁਹਾਡਾ ਪ੍ਰੋਗਰਾਮ ਅੱਜ ਦਾ ਮਸਲੇ ਵਿੱਚ ਨਿੱਘਾ ਸਵਾਗਤ ਸਭ ਤੋਂ ਵੱਡੀ ਗੱਲ ਜਦ ਅਸੀਂ ਦੇਖ ਰਹੇ ਸੀ ਪਿਛਲੇ ਹਫਤੇ ਗੱਲ ਪੰਨੂ ਸਾਹਿਬ ਬਣੇ ਕਿ ਚਾਰ ਲਾਕਡਾਊਨ ਦਿਖੇ ਦੇਸ਼ ਨੇ ਔਰ ਆਸ ਸੀ ਕਿ ਜਿਵੇਂ ਜਿਸਨ ਲਾਕ ਖਤਮ ਹੋਣਾ ਸੀਗਾ ਕਿ ਸ਼ਾਇਦ ਇਹ ਲਾਕਡਾਊਨ ਐਕਸਟੈਂਡ ਹੋਵੇਗਾ ਔਰ ਹੋਇਆ ਵੀ ਐਵੇਂ ਕਿ ਪੰਜਵਾਂ ਲਾਕਡਾਊਨ ਹੋਇਆ ਜਾਂ ਇਹਨੂੰ ਅਨ ਲਾਕਡਾਊਨ ਜਿਹੜੀ ਹੈ ਉਹਦਾ ਨੰਬਰ 1 ਉਹ ਵੀ ਸੰਘਿਆ ਦਿੱਤੀ ਗਈ ਉਹ ਵੀ ਨਾਮ ਦਿੱਤਾ ਗਿਆ ਤੇ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਵਾਸਤੇ ਕਿ ਜਿਹੜਾ ਅਨਲੌਕ 1 ਹੋਇਆ ਜਾਂ ਲਾਕਡਾਊਨ 5 ਜਿਹਨੂੰ ਨਾਮ ਦਿੱਤਾ ਜਾ ਰਿਹਾ ਹੈ ਉਹਦੀਆਂ ਕੀ ਕੀ ਵਿਸ਼ੇਸ਼ਤਾਵਾਂ ਨੇ ਔਰ ਪਿਛਲੇ ਚਾਰ ਲਾਕਡਾਊਨ ਤੋਂ ਇੱਕ ਕਿਵੇਂ ਵੱਖ ਹੈ ਗੱਲ ਇਹ ਜੀ ਦੇਸ਼ ਦੇ ਲੋਕਾਂ ਨੇ 4 ਲਾਕਡਾਊਨ ਭੁਗਤੇ ਜੀ ਅਸੀਂ ਪੰਜਾਬ ਦੇ ਲੋਕਾਂ ਨੇ 4 ਕਰਫਿਊ ਹਮ ਮਿਆਦਾਂ ਭੁਗਤੀਆਂ ਬਿਲਕੁਲ ਜੀ ਜਦੋਂ ਉਹਨਾਂ ਦਾ ਪੰਜਵਾਂ ਲਾਕਡਾਊਨ ਪਲੱਸ ਅਨਲੌਕ 1 ਸ਼ੁਰੂ ਹੈ ਹਮ ਉਦੋਂ ਸਾਡਾ ਜੇ ਕਰਫਿਊ ਖਤਮ ਹੋਇਆ ਤੇ ਲਾਕਡਾਊਨ ਸ਼ੁਰੂ ਹੋਇਆ ਹਮ ਇਹਦਾ ਵੱਖ-ਵੱਖ ਸਮਿਆਂ ਦੇ ਉੱਤੇ ਜਿਸ ਤਰ੍ਹਾਂ ਕੀਤਾ ਗਿਆ ਸਿਆਸਤ ਨੂੰ ਪਾਸੇ ਛੱਡ ਦਿਓ ਜੀ ਨਰਿੰਦਰ ਮੋਦੀ ਨਾਲ ਹਜ਼ਾਰ ਮੱਤ ਭੇਦ ਹੋ ਸਕਦੇ ਹਨ। ਹੂੰ। ਪ੍ਰਧਾਨ ਮੰਤਰੀ ਦੇ ਤੌਰ ਤੇ ਉਹਨਾਂ ਬੇਲੇ ਸਿਰ ਲਾਕਡਾਊਨ ਕਰਕੇ ਦੇਸ਼ ਨੂੰ ਬਹੁਤ ਵੱਡੀ ਮੁਸ਼ਕਲ ਤੋਂ ਉਦੋਂ ਬਚਾ ਲਿਆ। ਹੂੰ। ਨਹੀਂ ਤੇ ਅਮਰੀਕਾ ਦੇ ਵਿੱਚ ਜਿਹੜਾ ਪਹਿਲਾ ਕੇਸ ਹੋਇਆ ਉਹਦੇ ਤੋਂ ਇੱਕ ਦਿਨ ਬਾਅਦ ਭਾਰਤ ਵਿੱਚ ਪਹਿਲਾ ਕੇਸ ਹੋਇਆ ਸੀ ਅਸੀਂ ਲਗਭਗ ਇਕੱਠੇ ਤੁਰੇ ਸਾਂ। ਉੱਥੇ ਅੱਜ 110000 ਮੌਤਾਂ ਨੇ। ਅਸੀਂ ਅਜੇ 7000 ਤੋਂ ਥੱਲੇ। ਜੀ। ਇਹ ਇਸ ਕਰਕੇ ਆ ਕੇ ਬੇਲੇ ਸਿਰ ਕਦਮ ਚੁੱਕ ਲਿਆ ਗਿਆ ਕੁਝ ਲੋਕਾਂ ਨੂੰ ਭਾਵੇਂ ਝੁਬੇ। ਜੀ। ਸਾਡੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਹਜ਼ਾਰ ਮੱਤ ਪੇਦ ਹੁਮ ਕਰਫਿਊ ਲਾਇਆ ਗਿਆ ਉਦੋਂ ਲਾਇਆ ਜਦੋਂ ਲੋਕਾਂ ਨੂੰ ਆਖੋ ਮਾਸਕ ਪਾਉਣਾ ਤੇ ਮਜ਼ਾਕ ਕਰਦੇ ਸੀ ਮਾਸਕ ਨੂੰ ਮਜ਼ਾਕ ਬਣਾ ਤਾ ਮਜ਼ਾਕ ਬਣਾ ਤਾ ਜੀ ਜਿਹੜੇ ਪਾਕ ਕਿ ਆਉਂਦੇ ਸੀ ਵੀ ਇੱਕ ਦਿਨ ਹਸਿਆ ਤੂੰ ਹੀ ਪਾ ਲਿਆ ਹੁਮ ਮਜ਼ਾਕ ਕਰਦੇ ਅੱਜ 95% ਦੇ ਲੋਕ ਮਾਸਕ ਪਾ ਕੇ ਜਾਂਦੇ ਕੋਈ ਕਿਸੇ ਨੂੰ ਮਜ਼ਾਕ ਨਹੀਂ ਕਰਦਾ ਹੁਮ 5% ਦੀ ਨੇ ਜਿਹੜੇ ਅਜੇ ਵੀ ਅੜਬੰਗ ਨੇ ਹੁਮ ਉਹਨਾਂ ਨੇ ਸੁਧਰਨਾ ਨਹੀਂ ਉਹ ਪੁਲਿਸ ਦੇ ਚਲਾਨ ਕਰਵਾ ਕੇ ਵੀ ਸ਼ਾਇਦ ਨਹੀਂ ਸੁਧਰਨਗੇ ਜੀ ਪਰ ਨਤੀਜਾ ਇਹ ਨਿਕਲਿਆ ਸਾਡੇ ਕਰਫਿਊ ਦਾ ਕਿ ਅਸੀਂ ਤੇ ਮਹਾਰਾਸ਼ਟਰ ਇਕੱਠੇ ਤੁਰੇ ਸੀ ਹੂੰ ਮਹਾਰਾਸ਼ਟਰ ਦੇ ਵਿੱਚ ਮੌਤਾਂ ਕਿੰਨੀਆਂ ਹੋ ਗਈਆਂ ਨੇ ਜਿੰਨੀਆਂ ਮਹਾਰਾਸ਼ਟਰ ਚ ਮੌਤਾਂ ਹੋ ਗਈਆਂ ਨੇ ਉਹਨੇ ਪੰਜਾਬ ਚ ਕੁੱਲ ਕੇਸ ਨਹੀਂ ਹੋਏ ਜੀ ਸਾਡੇ ਕੱਲ ਪੰਜਾਬੀ ਮੌਤ ਹੋਈ ਹ ਹੂੰ ਤੇ ਹੁਣ ਤੱਕ ਜਿਹੜੇ 22 2500 2500 ਦੇ ਕਰੀਬ ਕੇਸ ਹੋਏ ਨੇ ਉਹਨਾਂ ਚੋਂ ਐਸ ਵੇਲੇ ਸ਼ਾਇਦ 132 ਕੇ 33 ਹਸਪਤਾਲ ਚ ਨੇ ਬਾਕੀ ਸਾਰੇ ਠੀਕ ਹੋ ਕੇ ਘਰਾਂ ਨੂੰ ਪਰ ਜਕਾਰੇ ਛੱਡ ਦੇ ਘਰਾਂ ਨੂੰ ਗਏ ਨੇ ਹੂੰ ਇਦਨਾਂ ਸੜਾ ਬਚਾਓ ਗਿਆ ਜੀ ਹੁਣ ਜਦੋਂ ਲਾਕਡਾਊਨ ਦੇ ਵਿੱਚ ਅਨਲੌਕ 1 ਸ਼ੁਰੂ ਹੋਇਆ ਤੇ ਸਾਡੇ ਪੰਜਾਬ ਚ ਕੋਈ ਢਿੱਲਾ ਮਿਲਣ ਲੱਗੀਆਂ ਨੇ ਹਮ ਇਹਨਾਂ ਢਿੱਲਾ ਨੂੰ ਥੋੜਾ ਸੰਭਾਲ ਕੇ ਵਰਤਣਾ ਚਾਹੀਦਾ ਜੀ ਸਾਡੇ ਲੋਕ ਅਕਲ ਨਹੀਂ ਕਰਦੇ ਹਮ ਜਿਵੇਂ ਅਸੀਂ ਦੁਕਾਨਾਂ ਤੇ ਵੇਖਦੇ ਹਾਂ ਸਰਕਾਰ ਨੇ ਆਖਿਆ ਕਿ 6 ਫੁੱਟ ਦਾ ਫਾਸਲਾ ਰੱਖੋ ਹਮ ਲੋਕੀ 3 ਫੁੱਟ ਦਾ ਵੀ ਰੱਖਣ ਨੂੰ ਤਿਆਰ ਨਹੀਂ ਇੱਕ ਦੂਸਰੇ ਨਾਲ ਜੁੜ ਕੇ ਸੌਦਾ ਖਰੀਦਦੇ ਹਮ ਦੁਕਾਨਦਾਰਾਂ ਨੂੰ ਆਖਿਆ ਹੱਥਾਂ ਤੇ ਦਸਤਾਨੇ ਪਾ ਕੇ ਰੱਖੋ ਹਮ ਬਹੁਤੇ ਦੁਕਾਨਦਾਰ ਨਹੀਂ ਪਾਉਂਦੇ ਉਹ ਦਾਸਮਾਨ ਦੇਈ ਜਾ ਰਹੇ ਬੱਸੇ ਪਰਦੇ ਪੜਾਉਂਦੇ ਸਭ ਕੁਝ ਹੋ ਰਿਹਾ ਜਿੱਥੇ ਆਖਿਆ ਗਿਆ ਕਿ ਤੁਸੀਂ ਕਿਸੇ ਬੈਂਕ ਦੇ ਕਿਸੇ ਹੋਰ ਥਾਂ ਤੇ ਜਾ ਕੇ ਲਾਇਨ ਖਲੋ ਬਾਹਰ ਗੋਲ ਕੇ ਰਿਵਾਜ ਤੇ ਗਏ ਲੋਕ ਉਹਦੇ ਚ ਆਪੋ ਆਪਣੀ ਚੱਪਲ ਰੱਖ ਆਉਂਦੇ ਆ ਜਿੱਦਾਂ ਪੁਰਾਣਾ ਰਿਵਾਜ ਹੁੰਦਾ ਸੀ ਕਿ ਬਸ ਦੀ ਸੀਟ ਤੇ ਰਿਵਾਲ ਰੱਖ ਆਓ ਜਾਂ ਕੋਈ ਕਿਤਾਬ ਰੱਖ ਆਓ ਤੇ ਆਪ ਬਾਅਦ ਜਾ ਕੇ ਖਲੋ ਜੋ ਜੀ ਮੇਰੀ ਸੀਟ ਮੱਲੀ ਹੈ ਜੀ ਉਹਨ ਲੋਕੀ ਗੋਲੇ ਮਲਦੇ ਆ ਹੂੰ ਚੱਪਲਾਂ ਦੇ ਨਾਲ ਬਰਾਂਡੇ ਤੇ ਜਾ ਕੇ ਹੂੰ ਆਪ ਨੰਗੇ ਪੈਰੀ ਬੈਠ ਜਾਂਦੇ ਆ ਗੱਪਾਂ ਮਾਰਦੇ ਆ ਗੋਲਿਆਂ ਵਿੱਚ ਸਿਰਫ ਚੱਪਲਾਂ ਪਈਆਂ ਹੁੰਦੀਆਂ ਇਹ ਜਿਹੜੀਆਂ ਆਦਤਾਂ ਨੇ ਥੁਨੀਆਂ ਸੁਧਾਰਨੀਆਂ ਪੈਣਗੀਆਂ ਅਸੀਂ ਉਹ ਕਹਿਰ ਵੇਖ ਰਹੇ ਹਾਂ ਜਿਹੜਾ ਅੱਜ ਤੱਕ ਆਦ ਕਾਲ ਤੋਂ ਲੈ ਕੇ ਮਨੁੱਖ ਨੇ ਵੇਖਿਆ ਹੀ ਨਹੀਂ ਕਲਪਨਾ ਹੀ ਨਹੀਂ ਕੀਤੀ ਕਲਪਨਾ ਤੱਕ ਨਹੀਂ ਕੀਤੀ ਜੀ ਇਹ ਕਦੇ ਹੋ ਸਕਦਾ ਸੀ ਕਿ ਇੱਕ ਦੂਸਰੇ ਨੂੰ ਹੱਥ ਵੀ ਨਾ ਮੜਾ ਸਕੀਏ ਕਿੱਥੇ ਤਾਂ ਇਹ ਸੀ ਕਿ ਦੁਨੀਆ ਦੇ ਕਈ ਦੇਸ਼ ਆ ਜਿੱਥੇ ਜਾ ਕੇ ਗਲੇ ਨਾ ਮਿਲੋ ਔਰ ਕਈਆਂ ਥਾਵਾਂ ਤੇ ਇਹ ਇੱਕ ਦੂਸਰੇ ਨੂੰ ਕਿਸ ਨਾ ਕਰੋ ਤੇ ਉਹ ਸਮਝਿਆ ਜਾਂਦਾ ਸੀ ਬੇਇੱਜ਼ਤੀ ਕੀਤੀ ਜੀ ਅੱਜ ਉਹ ਸਾਰੇ ਸਾਡੇ ਵਾਂਗ ਦੂਰੋਂ ਅਸੀਂ ਸਤਿ ਸ੍ਰੀ ਅਕਾਲ ਕਰਦੇ ਆਂ ਨਮਸਤੇ ਕਰਦੇ ਆਂ ਉਹ ਦੂਰੋਂ ਹੈਲੋ ਹਾਈ ਕਰਦੇ ਆ ਪਰ ਇੱਕ ਦੂਸਰੇ ਨਾਲ ਮਿਲਣ ਜੋਗੇ ਨਹੀਂ ਛੜੇ ਇਸ ਬਿਮਾਰੀ ਨੇ ਜੀ ਇਸ ਬਾਰੇ ਭਲਾ ਕਿਸੇ ਨੇ ਪਿਛਲੇ ਦਸੰਬਰ ਤੋਂ ਪਹਿਲਾਂ ਸੋਚਿਆ ਸੀ ਕਿ ਮਨੁੱਖਤਾ ਇਹੋ ਜੇ ਚੱਕਰ ਤੇ ਵੀ ਪੈ ਸਕਦੀ ਜੀ ਅਸੀਂ ਤਾਂ ਸਾਰੇ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹਮ ਅਸੀਂ ਤਾਂ ਸਾਰੇ ਭੱਜੋ ਹੀ ਜਾਂਦੇ ਸੀ ਭੱਜਾ ਜੱਪ ਭਾਈ ਜਾ ਉਹ ਜੱਟ ਆ ਗਿਆ ਸੀ ਸ਼ਹਿਰ ਚ ਉਹਨੂੰ ਵਾਪਸ ਗਿਆ ਉਹਨੂੰ ਪੁੱਛਿਆ ਵੀ ਤੂੰ ਕਿੱਦਾਂ ਦਾ ਸ਼ਹਿਰ ਵੇਖਿਆ ਕਹਿੰਦਾ ਵੀ ਮੈਨੂੰ ਦੁੱਖ ਬਹੁਤ ਹੋਇਆ ਕਿ ਕਿਉਂ ਕਹਿੰਦੇ ਉੱਥੇ ਤਾਂ ਹਰ ਕੋਈ ਭੱਜਾ ਹੀ ਜਾ ਰਿਹਾ ਭੱਜਾ ਹੀ ਜਾ ਰਿਹਾ ਜੇ ਤਿੰਨ ਚਾਰ ਦਿਨ ਇਸੇ ਤਰ੍ਹਾਂ ਭੱਜੇਗਾ ਤੇ ਸ਼ਹਿਰ ਤਾਂ ਖਾਲੀ ਹੋ ਜਾਣਾ ਉਹਨੂੰ ਲੱਗਦਾ ਸੀ ਸ਼ਹਿਰ 'ਚ ਲੋਕ ਭੱਜੇ ਹੀ ਜਾਂਦੇ ਜਿਹੜੇ ਸ਼ਹਿਰ 'ਚ ਲੋਕ ਭੱਜੇ ਜਾਂਦੇ ਸੀ ਅਸੀਂ ਉਹ ਸ਼ਹਿਰ ਦੀਆਂ ਸੜਕਾਂ ਸੁੰਨੀਆਂ ਵੇਖੀਆਂ ਨੇ ਔਰ ਕਈ ਸ਼ਹਿਰ ਇਹੋ ਜਿਹੇ ਆ ਜਿੱਥੇ ਅਜੇ ਵੀ ਕੁਝ ਇਲਾਕੇ ਇਹੋ ਜਿਹੇ ਆ ਜਿੱਥੇ ਹਾਲਤ ਇਹਦੇ 'ਚ ਸਾਨੂੰ ਨਵੇਂ ਹਾਲਾਤ ਵਿੱਚ ਜੀਉਣਾ ਸਿੱਖਣਾ ਚਾਹੀਦਾ ਜੀ ਅਨਲੌਕ ਬੰਦ ਦਾ ਮਤਲਬ ਇਹ ਆ ਕਿ ਜਿਹੜਾ ਲਾਕਡਾਊਨ ਸੀ ਤਾਲਾ ਲੱਗਾ ਸੀ ਉਹ ਤਾਲਾ ਬੰਦੀ ਨੂੰ ਤਾਲਾਬੰਦੀ ਖੋਲਣ ਦਾ ਇਹ ਪਹਿਲਾ ਪੜਾ ਇਸ ਤੋਂ ਬਾਅਦ ਦੂਜਾ ਪੜਾ ਹੁਣ 8 ਤਰੀਕ ਤੋਂ ਸ਼ੁਰੂ ਹੋਣ ਲੱਗਾ ਉਸ ਦੂਸਰੇ ਪੜਾ ਦੇ ਵਿੱਚ ਧਰਮ ਸਥਾਨ ਵਿੱਚ ਜਿਹੜੇ ਉਹਨਾਂ 'ਚ ਜਾਣ ਦੀ ਆਗਿਆ ਮਿਲਣੀ ਹੈ ਸ਼ਾਪਿੰਗ ਮਾਲ ਵਿੱਚ ਵੀ ਪਰ ਉਹਦੇ ਨਾਲ ਕੁਝ ਬੰਦੇ ਸ਼ਰਤਾਂ ਲਾਈਆਂ ਨੇ ਧਰਮ ਸਥਾਨ ਵਿੱਚ ਜਾਣਾ ਤੁਸੀਂ ਜਾ ਕੇ ਜਿਹੜਾ ਮੰਦਰ 'ਚ ਟੱਲ ਖੜਕਾਉਣੀ ਹੋਣੀ ਉਹ ਨਹੀਂ ਖੜਕਾ ਸਕਦੇ ਜੀ ਤੁਸੀਂ ਮੂਰਤੀ ਦੇ ਚਰਨੀ ਹੱਥ ਨਹੀਂ ਲਾ ਸਕਦੇ ਹੱਥ ਨਹੀਂ ਉਹਨੇ ਲਾਉਣਾ ਪਿੱਛੇ ਖਲੋ ਕੇ ਪੂਜਾ ਕਰੋਗੇ ਹਮ ਔਰ ਕੁਝ ਥਾਵਾਂ ਤੇ ਆਖਿਆ ਕਿ ਪ੍ਰਸ਼ਾਦ ਬੰਦੇ ਨਹੀਂ ਵਰਤਉਣਗੇ ਇਤੋਂ ਤੱਕ ਵੀ ਆਖਿਆ ਗਿਆ ਜੀ ਇਹ ਵੀ ਆਖਿਆ ਕਿ ਧਰਮ ਸਥਾਨ 'ਚ ਜਾਣਾ ਤੇ ਅੱਗੇ ਸਭ ਥਾਵਾਂ ਤੇ ਜੋੜਾ ਘਰ ਬਣਿਆ ਹੁੰਦਾ ਜਿੱਥੇ ਤੁਸੀਂ ਜੁੱਤੀਆਂ ਜਮ੍ਹਾਂ ਕਰਾਉਣੇ ਕੋਲ ਨਾ ਆਪਣੀ ਗੱਡੀ ਵਿੱਚ ਜੁੱਤੀ ਲਾ ਕੇ ਜਾਓ ਤੇ ਜੇ ਗੱਡੀ ਨਹੀਂ ਲੈਂਦੀ ਤੇ ਘਰ ਦੇ ਜੀਆਂ 'ਚੋਂ ਇੱਕ ਜਣਾ ਜੁੱਤੀਆਂ ਕੋਲੋਂਵੇ ਬਾਕੀ ਜਾ ਕੇ ਉੱਤੇ ਗੋਲ ਇਹ ਵੀ ਕਹਿ ਦਿੱਤਾ ਗਿਆ ਇਦਾਂ ਦੀਆਂ ਬਹੁਤ ਸਾਰੀਆਂ ਬੰਦਸ਼ਾ ਲਾਤੀਆਂ ਗਿਆਨ ਕਹਿੰਦਾ ਸ਼ਾਪਿੰਗ ਮਾਲ ਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਜਦੋਂ ਜਾਣਾ ਇੰਨਾ ਫਸਾ ਰੱਖਣਾ ਪਵੇਗਾ ਜੇ ਸ਼ਾਪਿੰਗ ਮਾਲ ਦੇ ਵਿੱਚ ਚੱਲਣ ਵਾਲੀਆਂ ਪੌੜੀਆਂ ਐਸਕੇਲੇਟਰ ਹੈ ਉਹਦੇ ਉੱਤੇ ਇੱਕ ਟਾਈਮ ਤੇ ਤਿੰਨ ਜਣੇ ਨਹੀਂ ਹੋਣਗੇ ਔਰ ਉਹ ਤਿੰਨ ਜਣੇ ਵੀ ਆਪੋ ਚ ਤਿੰਨ ਤਿੰਨ ਪੌੜੀਆਂ ਦਾ ਫਾਸਲਾ ਛੱਡ ਕੇ ਚੱਲਣਗੇ ਇਸ ਤਰ੍ਹਾਂ ਇਕੱਠੇ ਨਹੀਂ ਚੱਲ ਸਕਦੇ ਇਹ ਸਾਰੀਆਂ ਬੰਦਸ਼ਾਂ ਸਾਨੂੰ ਇਸ ਕਰਕੇ ਮਰਨੀਆਂ ਚਾਹੀਦੀਆਂ ਕਿ ਜੇ ਇਹ ਨਾ ਮੰਨੀਆਂ ਤੇ ਨਾ ਸਾਡਾ ਸਰਨਾ ਨਾ ਸਮਾਜ ਦਾ ਇਹਦੇ ਵਿੱਚ ਟੰਗ ਨਾਲ ਚੱਲਣਾ ਪਣਾ ਇੱਕ ਨੂੰ ਸਾਰਿਆਂ ਨੂੰ ਸਮੁੱਚੇ ਸਮਾਜ ਨੂੰ ਚੱਲਣਾ ਪਣਾ ਮਤਲਬ ਕਿ ਅਨਲੌਕ 1 ਦਾ ਹੈ ਉਹਦੇ ਵਿੱਚ ਜਿਹੜੀ ਸੀ ਪ੍ਰਮੁੱਖ ਜਿਹੜੇ ਜ਼ਿੰਮੇਵਾਰੀ ਹੈ ਉਹ ਸਾਡੇ ਬੰਦਿਆਂ ਤੇ ਸਟਰੀ ਦਿੱਤੀ ਗਈ ਹੈ ਸਭ ਲੋਕਾਂ ਕੋਲ ਸਮੁੱਚੇ ਸਮਾਜ ਤੇ ਟ੍ਰੇਨਿੰਗ ਸਾਡੇ ਕਰਾਤੀ ਚਾਰ ਲਾਕਡਾਊਨ ਦੇ ਦੌਰਾਨ ਔਰ ਹੁਣ ਜਿਹੜੀ ਹੈ ਅਗਲਾ ਜਿਹੜਾ ਪੜਾਅ ਹੈ ਉਹਦੇ ਚ ਸਾਡੀ ਭੂਮਿਕਾ ਜਿਹੜੀ ਹੈ ਸਾਡੇ ਜ਼ਿਆਦਾ ਫਿਕਸ ਕੀਤੀ ਗਈ ਹੈ ਇਹਦੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਇਤਾਂ ਚਲੋ ਭਾਰਤ ਦੀ ਗੱਲ ਕਰ ਲਈ ਹੈ ਦੁਨੀਆ ਦੇ ਵਿੱਚ ਵੀ ਜਿਹੜਾ ਹੈ ਲਾਕਡਾਊਨ ਖੁੱਲਿਆ ਔਰ ਲਾਕਡਾਊਨ ਖੁੱਲਣ ਦੇ ਬਾਅਦ ਵੱਖ-ਵੱਖ ਦੇਸ਼ਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਦੇਸ਼ ਦੇ ਵਿੱਚ ਵੀ कोरोना ਦਾ ਜਿਹੜਾ ਇੰਪੈਕਟ ਹੈ ਉਹਦਾ ਜਿਹੜਾ ਪ੍ਰਭਾਵ ਹੈ ਉਹਦਾ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੋਕਡਾਊਨ ਨੂੰ ਖੋਲਣ ਤੋਂ ਬਾਅਦ ਦੇਖੋ ਕੁਝ ਦੇਸ਼ ਨੇ ਜਿਨ੍ਹਾਂ ਦੇ ਵਿੱਚ ਬਿਮਾਰੀ ਘੱਟ ਸੀ ਉਹ ਲੋਕਡਾਊਨ ਚ ਥੋੜੇ-ਥੋੜੇ ਢਿੱਲਾ ਦੇ ਰਹੇ ਜੀ ਇਸ ਕਰਕੇ ਨਹੀਂ ਦੇ ਰਹੇ ਕਿ ਬਿਮਾਰੀ ਕੰਟਰੋਲ ਅਗੋ ਇਸ ਕਰਕੇ ਦੇ ਰਹੇ ਆ ਕਿ 2 ਮਹੀਨੇ ਬੰਦ ਰਹਿਣ ਨਾਲ ਸਮੁੱਚੀ ਜਿਹੜੀ ਇਕਨੋਮੀ ਹੈ ਸਾਡੀ ਆਰਥਿਕਤਾ ਹਰ ਦੇਸ਼ ਵਿੱਚ ਪ੍ਰਭਾਵਿਤ ਹੋਈ ਹੈ ਜੀ ਆ ਸਾਡੇ ਭਾਰਤ ਵਿੱਚ ਜੇ 2 ਮਹੀਨਿਆਂ ਚ ਕੋਈ ਟੈਕਸ ਨਹੀਂ ਆਇਆ ਕਾਰੋਬਾਰ ਨਹੀਂ ਹੋਇਆ ਲੋਕਾਂ ਦੇ ਬਾਪਾ ਹੋਣ ਲੱਗ ਪਈ ਐ ਕਿ ਕੀ ਕਰੀ ਕਿਦਾਂ ਕੰਮ ਚਲਾਉਣਾ। ਕਾਰਖਾਨੇਦਾਰ ਕਹਿੰਦੇ ਆ ਜੀ ਕੰਮ ਚਲਾਉਣ ਵਾਸਤੇ ਢਿੱਲਾ ਦਿਓ। ਜੀ। ਹੁਣ ਇੱਕ ਦੇਸ਼ ਇਹੋ ਜਿਹਾ ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ 1 ਲੱਖ 10 ਹਜ਼ਾਰ ਦੇ ਨੇੜੇ ਪਹੁੰਚ ਗਈਆਂ। ਜੀ। ਉੱਥੇ ਲਾਕਡਾਊਨ ਕਦੇ ਪੂਰਾ ਕੀਤਾ ਹੀ ਨਹੀਂ ਢਿੱਲਾ ਵਰਗੀ ਹਾਲਤ ਉੱਥੇ ਪਹਿਲਾਂ ਵੀ ਰਹੀ ਐ। ਜੀ। ਲੋਕੀ ਫਿਰ ਵੀ ਕਲੱਬਾਂ ਵਿੱਚ ਵੀ ਜਾਂਦੇ ਰਹਿੰਦੇ। ਹੂੰ। ਉੱਥੋਂ ਦਾ ਰਾਸ਼ਟਰਪਤੀ ਐਨਾ ਅਜੀਬ ਐ ਕਿ ਉਹਦੀ ਕੋਈ ਸਮਝ ਨਹੀਂ ਲੱਗਦੀ ਪਈ। ਉਹਦੇ ਸਾਹਮਣੇ ਚੋਣਾ ਪਹਿਲੀ ਗੱਲ ਐ। ਹੂੰ। ਆ ਕੀ ਹੋਣਾ ਤੇ ਦੂਜੀ ਗੱਲ। ਉਨ ਨੂੰ ਦੀ ਕੋਈ ਚਿੰਤਾ ਹੀ ਨਹੀਂ ਕਿ ਲੋਕ ਕਿੰਨੇ ਮਰਦੇ ਆ ਜੀ ਉਹਨੇ 2 ਮਹੀਨੇ ਪਹਿਲੇ ਇਹ ਗੱਲ ਕਹਿਤੀ ਸੀ ਕਿ ਅਮਰੀਕਾ ਦੇ ਵਿੱਚ ਲੱਖ ਜਾਂ 2 ਲੱਖ ਬੰਦੇ ਮਰ ਕੇ ਵੀ ਜੇ ਅਸੀਂ ਰੋਕ ਲਈ ਨਾ ਬਿਮਾਰੀ ਬੜੀ ਵੱਡੀ ਸਾਡੀ ਬੜੀ ਵੱਡੀ ਕਾਮਯਾਬੀ ਹੋ ਜੀ ਹੁਣ ਹੁੰਦਾ ਕੀ ਸੀ ਜਿੰਨਾ ਚਿਰ ਤੱਕ ਉਹਨੇ ਇਹ ਗੱਲ ਨਹੀਂ ਸੀ ਆਖੀ ਲੋਕੀ ਕਹਿੰਦੇ ਉਹ 500 ਬੰਦੇ ਮਰ ਗਏ ਉਹ ਅੱਜ 700 ਹੋ ਗਏ ਹੁਣ 1100 ਹੋ ਗਏ ਹੁਣ 2300 ਹੋ ਗਏ ਹੁਣ 3500 ਹੋ ਗਏ ਜਦੋਂ ਉਹਨੇ ਪਹਿਲਾਂ ਇੱਕ ਗੋਲ ਮਿਤਾ ਤੇ ਫਿਰ ਲੋਕੀ ਇਹ ਚਰਚਾ ਕਰਨੋਂ हट ਗਏ ਕਿ ਰਾਸ਼ਟਰਪਤੀ ਤੋਂ ਪਹਿਲਾਂ ਕਹਿੰਦਾ ਲੱਖ 2 ਲੱਖ ਬੰਦੇ ਮਾਰੇ ਜਾਣੇ ਜਿਹੜੇ ਲੋਕਾਂ ਦੀ ਸੈਂਸਿਟੀਵਿਟੀ ਉਹਨੇ ਖਤਮ ਕਰਨ ਦਾ ਯਤਨ ਕੀਤਾ ਉਹਨੂੰ ਇਹ ਗੱਲ ਦੀ ਚਿੰਤਾ ਹੀ ਨਹੀਂ ਕਿ ਲੋਕਾਂ ਦੀ ਜਿਹੜੀ ਭਾਵਨਾਵਾਂ ਜਿਹੜੀ ਸੰਵੇਦਨਾ ਖਤਮ ਹੋ ਰਹੀ ਹੈ ਇਹ ਸਮਾਜ ਦਾ ਨੁਕਸਾਨ ਕਰ ਰਹੀ ਹੈ ਮਾਨਸਿਕ ਪੱਖ ਤੋਂ ਵੀ ਕਰ ਰਹੀ ਹੈ ਜੀ ਹੁਣ ਉਹਨਾਂ ਦੇਸ਼ਾਂ ਵਿੱਚ ਢਿੱਲਾ ਦਿੱਤੇ ਆ ਕੱਲ ਨੂੰ ਕੀ ਹੁੰਦਾ ਉਹਨੂੰ ਕੋ ਬਹੁਤੀ ਚਿੰਤਾ ਨਹੀਂ ਉਹ ਉਹਨੂੰ ਤੇ ਇਸ ਵੇਲੇ ਵੀ ਸਾਰੇ ਦੇਸ਼ ਦੇ ਵਿੱਚ ਉਹਦੀ ਮਰਦਬਾਦ ਹੋਣੀ ਹੈ ਬਾਕੀ ਦੇਸ਼ਾਂ 'ਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਖਿਲਾਫ ਇੱਕ ਘਟਨਾ ਨੂੰ ਲੈ ਕੇ ਜਿਹੜੀ ਬਹੁਤ ਮੰਦਭਾਗੀ ਘਟਨਾ ਗਾਡ ਕੈਨੇਡਾ ਵਿੱਚ ਵੀ ਮਜਾਰੇ ਹੋਏ ਆ ਜੀ ਇੰਗਲੈਂਡ ਵਿੱਚ ਹੋਏ ਨੇ ਫਰਾਂਸ ਵਿੱਚ ਹੋਏ ਨੇ ਇਹਦੇ ਮਿੱਤਰਾਂ ਦਾ ਇਜ਼ਰਾਈਲ ਉਥੇ テルਅਵੀਵ ਦੇ ਵਿੱਚ ਹੋਏ ਨੇ ਆਸਟ੍ਰੇਲੀਆ ਤੱਕ ਜਾ ਕੇ ਸਿਡਨੀ ਚ ਹੋਏ ਨੇ ਕੋਈ ਦੇਸ਼ ਬਚਿਆ ਨਹੀਂ ਜਿੱਥੇ ਦੀ ਖਲਾਅ ਮਜਾਰੇ ਨਹੀਂ ਹੋ ਉਹਨੂੰ ਉਹਦੀ ਵੀ ਕੋਈ ਚਿੰਤਾ ਨਹੀਂ ਉਹ ਆਪਣੇ ਤੁਹਾਨੂੰ ਦਾ ਪੱਕਾ ਤੁਰਿਆ ਜਾਂਦਾ ਉਹਨੇ ਇੱਕ ਗੱਲ ਸੋਚੀ ਆ ਕਿ ਅਗਲੀ ਰਾਸ਼ਟਰਪਤੀ ਚੋਣ ਜਿੱਤਣੀ ਆ ਚੰਗੀ ਹੋਵੇ ਮਾੜੀ ਹੋਵੇ ਸਭ ਤੋਂ ਪਹਿਲੇ ਸਫੇ ਦੇ ਉੱਤੇ ਖਬਰ ਮੇਰੀ ਲੱਗਣੀ ਚਾਹੀਦੀ ਹੈ ਭਾਵੇਂ ਮੇਰੇ ਖਿਲਾਫ ਹੀ ਲੱਗੇ ਫੋਟੋ ਤਾਂ ਮੇਰੀ ਲੱਗਣੀ ਚਾਹੀਦੀ ਲੋਕਾਂ ਨੂੰ ਕਿਸੂਗਾ ਸਹੀ ਨਾ ਜੋ ਸਾਹਮਣੇ ਖੜਾ ਉਹ ਇਸ ਕਿਸਮ ਦੀ ਜਿਹੜੀ ਖੇਡ ਖੇਡਦਾ ਪਿਆ ਉਹਨੂੰ ਵੱਖਰਾ ਛੱਡ ਦਿਓ ਬਾਕੀ ਜਿਹੜੇ ਦੇਸ਼ ਬਹੁਤ ਪ੍ਰਭਾਵਿਤ ਹੋਏ ਆ ਹੁਣ ਥੋੜੀਆਂ ਥੋੜੀਆਂ ਢਿੱਲਾ ਦੇ ਰਿਹਾ ਉਹ ਢਿੱਲਾ ਅਜੇ ਵੀ ਸੰਭੜ ਕੇ ਦੇ ਰਿਹਾ ਉੱਥੋਂ ਦੇ ਲੋਕ ਕਾਫੀ ਡਿਸਪਲਿਨ ਚ ਨੇ ਸਾਡੇ ਲੋਕੀ ਜਿਹੜੇ ਆ ਇਹ ਦੋ ਹੀ ਤਰੀਕੇ ਹੁੰਦੇ ਆ ਜਾਂ ਤਾਂ ਸਮਾਜਿਕ ਤੌਰ ਤੇ ਅਸੀਂ ਸਵੈ ਜਾਬਤਾ ਰੱਖੀਏ ਸੈਲਫ ਡਿਸਪਲਿਨ ਰੱਖੀਏ ਜਾਂ ਫਿਰ ਪੁਲਿਸ ਡੰਡੇ ਨਾ ਕਰੇ ਪਰ ਜੇ ਪੁਲਿਸ ਡੰਡੇ ਨਾ ਕਰੇ ਉਹ ਸਾਨੂੰ ਬੁਰਾ ਲੱਗੇਗਾ ਇਹਨਾਂ ਨਾਲ ਬਿਹਤਰ ਇਹ ਹੈ ਕਿ ਜਿੱਦਾਂ ਬਾਬੇ ਕਹਿੰਦੇ ਹੁੰਦੇ ਆ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਜੀ 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 ਆਪਣੇ ਇੱਜ਼ਤ ਆਪਣੇ ਹੱਥ ਹੁੰਦੀ ਆ ਤੇ ਸਾਨੂੰ ਆਪਣੇ ਤੌਰ ਤੇ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਉਹਦੀ ਕੋਈ ਗਲਤੀ ਨਾ ਕਰੀਏ ਕਿ ਕੋਈ ਆਖੇ ਇਧਰ ਆ ਓਏ ਉਹਦੇ ਬਜਾਏ ਚੰਗੀ ਗੱਲ ਹੈ ਕਿ ਅਸੀਂ ਆਪ ਹੀ ਮੰਨ ਕੇ ਚੱਲੀਏ ਜੀ ਅ ਤੁਸੀਂ ਗੱਲਾਂ-ਗੱਲਾਂ ਦੇ ਵਿੱਚ ਅਮਰੀਕਾ ਦੀ ਗੱਲ ਕੀਤੀ ਹੈ ਇਸ਼ਾਰਾ ਕੀਤਾ ਮੇਰਾ ਅਗਲਾ ਸਵਾਲ ਉਹਦੇ ਨਾਲ ਸੰਬੰਧਿਤ ਹੈ ਕਿ ਪੂਰੇ ਅ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਇਹ ਸੁਰਖੀ ਬਣੀ ਹੈ ਕਿ ਜੋ ਕਈ ਸਾਲਾਂ ਦੇ ਬਾਅਦ ਨਸਲੀ ਦੰਗੇ ਅਮਰੀਕਾ 'ਚ ਆਮ ਹੀ ਹੁੰਦੇ ਆ ਕੋਈ ਐਡੀ ਗੱਲ ਨਹੀਂ ਲੇਕਿਨ ਜਿਸ ਵੱਡੇ ਪੱਧਰ ਤੇ ਹੋਏ ਹੈ ਔਰ ਜਿਸ ਘਰੋਂ ਲੈ ਕੇ ਜਿਹੜਾ ਵਿਰੋਧ ਹੋ ਰਿਹਾ ਔਰ ਜਿਵੇਂ ਤੁਸੀਂ ਇਸ਼ਾਰਾ ਵੀ ਕੀਤਾ ਕਿ ਪੂਰੇ ਲਾਗਲੇ ਕੰਟਰੀਜ਼ ਦੇ ਵਿੱਚ ਵੀ ਉਹਦਾ ਵਿਰੋਧ ਹੋ ਰਿਹਾ ਹੈ ਇਹਦੇ ਪਿੱਛੇ ਜਿਹੜਾ ਅਸਲੀ ਕਾਰਨ ਹੈ ਉਹ ਕਿਤੁਸ ਜ ਸਮਝਦੇ ਆ ਰਿਆ ਤੁਹਾਨੂੰ ਲੱਗਦਾ ਕਿ ਇੱਕ ਅਲਟੀਮੇਟਲੀ ਗੱਲ ਜਾ ਕੇ ਕਿੱਥੇ ਮੁੱਕੋਗੇ ਦੇਖੋ ਕਹਿੰਦੇ ਆ ਕਿ ਬਿਮਾਰੀ ਦੀ ਜੜ ਬੰਦੇ ਦੇ ਅੰਦਰੋਂ ਪੂਰੀ ਤਰ੍ਹਾਂ ਜਾਂਦੀ ਨਹੀਂ ਅਮਰੀਕਾ ਨਸਲਵਾਦ ਦਰਸ ਕਰ ਰਿਹਾ ਜੀ ਕਈ ਦੇਸ਼ ਹੋਰ ਰਿਹਾ ਇੱਕ ਲੰਮੇ ਸਮੇਂ ਤੱਕ ਗੋਰਿਆਂ ਤੋਂ ਸਵਾ ਬਾਕੀ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਹੁੰਦਾ ਜੀ ਸਾਡੀ ਸੰਭਾਲ ਤੋਂ ਪਹਿਲਾਂ ਦੀ ਅਗਲਾ ਸੀ ਬੱਚੇ ਸਾਂ ਜਦੋਂ ਅੱਜ ਤੋਂ 50 ਸਾਲ ਪਹਿਲਾਂ 55 ਸਾਲ ਪਹਿਲਾਂ ਉੱਥੇ ਇਹੋ ਹੀ ਨਸਲਵਾਦ ਸੀ ਜਿਹਦੇ ਖਿਲਾਫ ਮਾਰਟਿਨ ਲੂਥਰ ਕਿੰਗ ਨੇ ਝੰਡਾ ਚੁੱਕਿਆ ਸੀ ਔਰ ਅਮਰੀਕਾ ਦੇ ਵਿੱਚ ਸਥਿਤੀਆਂ ਇੱਕਦਮ ਬਦਲ ਦਿੱਤੀਆਂ ਸਨ ਫਿਰ ਉਸ ਤੋਂ ਬਾਅਦ 1995 ਚ ਰੌਡਨੀ ਕਿੰਗ ਨਾਂ ਦਾ ਇੱਕ ਆਦਮੀ ਜਿਹੜਾ ਗੋਰਾ ਨਹੀਂ ਸੀ ਗੈਰ ਗੋਰਾ ਸੀ ਉਹਨੂੰ ਪੁਲਿਸ ਨੇ ਸ਼ਰੇਆਮ ਸੜਕ ਦੇ ਕੁੱਟਿਆ ਸੀ ਉਦੋਂ ਅਮਰੀਕਾ ਚ ਚਾਰਚ ਫਿਰ ਅੱਗਾਂ ਲੱਗ ਗਈਆਂ ਸਨ 25 ਸਾਲ ਸੋਕੇ ਲੰਘੇ ਹੁਣ ਕੀ ਹੋਇਆ ਹੁਣ ਇੱਕ ਉਸੇ ਭਾਈਚਾਰੇ ਦੇ ਆਦਮੀ ਨੂੰ ਜਿਸ ਤਰ੍ਹਾਂ ਸੜਕ ਦੇ ਉੱਤੇ ਉਹਦੀ ਧੌਣ ਤੇ ਗੋਡਾ ਰੱਖ ਕੇ ਤਰਫਾਇਆ ਗਿਆ ਤੇ ਮਾਰਿਆ ਗਿਆ ਉਹਦੀ ਵੀਡੀਓ ਚਲੇਗੀ ਘਰ ਘਰ ਪਹੁੰਚ ਗਈ ਜੀ ਰਾਸ਼ਟਰਪਤੀ ਨੂੰ ਚਾਹੀਦਾ ਸੀ ਖੜੇ ਪੈਰ ਕਿਹਦਾ ਕਾਨੂੰਨ ਕਾਰਵਾਈ ਕਰੇਗਾ ਇਹਨੇ ਕਾਰਵਾਈ ਕਰਨ ਦੇ ਬਜਾਏ ਇਹਨੂੰ ਹਾਸੇ 'ਚ ਟੱਲਣਾ ਸ਼ੁਰੂ ਕੀਤਾ ਨਾਨ ਸੀਰੀਅਸ ਡੰਗ ਨਾਲ ਸਾਰਾ ਕੁਝ ਲਿਆ ਉਹਦਾ ਅਗਲੇ ਪਾਸੇ ਫਿਰ ਲੋਕਾਂ ਵਿੱਚ ਪ੍ਰਤੀਕਰਮ ਇਹ ਹੋਇਆ ਕਿ ਲੋਕ ਸੜਕਾਂ ਤੇ ਆ ਗਏ ਹੁਣ ਸੜਕਾਂ ਤੇ ਜਦੋਂ ਆਏ ਆ ਇਹਨੇ ਰਾਸ਼ਟਰਪਤੀ ਨੇ ਲੋਕਾਂ ਨੂੰ ਸਮਝਾਉਣ ਦੇ ਬਜਾਏ ਕਾਨੂੰਨ ਦੀ ਗੱਲ ਕਰਨ ਦੇ ਬਜਾਏ ਦਬਾਨ ਦੀ ਗੋਸ਼ਟ ਕੀਤਾ ਜਿਹੜਾ ਗੋਰਾ ਭਾਈ ਚਰਾ ਉਹਨਾਂ ਨੂੰ ਇਸ ਕਿਸਮ ਦੇ ਸੰਕੇਤ ਦਿੱਤੇ ਜਿਹੜੇ ਸੰਕੇਤ ਨਸਲਵਾਦੀ ਸਨ ਉਹ ਨਸਲਵਾਦੀ ਸੰਕੇਤਾਂ ਦੇ ਵਿੱਚੋਂ ਗੋਰੇ ਭਾਈਚਾਰੇ ਦਾ ਇੱਕ ਕਟੜਪੰਥੀ ਹਿੱਸਾ ਉਹ ਤਾਂ ਇਹਦੇ ਨਾਲ ਖਲੋ ਗਿਆ ਪਰ ਇਹ ਪਹਿਲੀ ਵਾਰ ਹੋਇਆ ਕਿ ਦੂਸਰੇ ਲੋਕਾਂ ਦੇ ਨਾਲ ਗੋਰੇ ਲੋਕ ਵੀ ਸੜਕਾਂ ਤੇ ਆ ਗਿਆ ਕਿ ਅਸੀਂ ਅਮਰੀਕਾ ਵਸਦਾ ਰੱਖਣਾ ਤੂੰ ਅਮਰੀਕਾ ਨਾਲ ਕਰਦਾ ਕੀ ਪਿਆ ਇਹ ਸਾਰਾ ਕੁਝ ਅੰਤ ਨੂੰ ਹੋਇਆ ਕਿ ਉਹੀ ਗੱਲ ਹੋਈ ਵੀ ਉਹ ਪਹਿਲਾਂ ਇੱਕ ਪੁਲਿਸ ਆਫਿਸਰ ਤੇ ਕੇਸ ਬਣਾਉਂਦੇ ਸੀ ਹੁਣ ਉਹਦੇ ਨਾਲ ਦੇ ਜਿਹੜੇ ਤਿੰਨ ਪੁੱਛ ਗਏ ਸੀ ਆਵਲਸੀ ਉਹਨਾਂ ਦੇ ਉੱਤੇ ਵੀ ਕੇਸ ਪਾਤਾ ਪਰ ਅਜੇ ਵੀ 3 ਡਿਗਰੀ ਤੱਕ ਲਿਆਉਂਦੇ ਜਿਹੜਾ 1 ਡਿਗਰੀ ਡਿਗਰੀ ਮਰਡਰ ਆ ਉਹ ਇਹ ਨਹੀਂ ਬਣਾ ਰਹੇ ਅਮਰੀਕਾ ਦਾ ਰਿਕਾਰਡ ਦੇਖਿਆ ਜਾਵੇ ਹਮ ਰਿਕਾਰਡ ਇਹ ਕਹਿੰਦਾ ਕਿ ਉੱਥੇ ਗੋਰੇ ਲੋਕਾਂ ਦੇ ਉੱਤੇ ਘੱਟ ਕੇਸ ਹੁੰਦੇ ਆ ਤੇ ਗੈਰ ਗੋਰੇ ਲੋਕਾਂ ਤੇ ਵੱਧ ਹੁੰਦੇ ਆ ਖਾਸ ਤੌਰ ਤੇ ਜਿਹੜੇ ਪੱਕੇ ਰੰਗ ਵਾਲੇ ਉਹਨਾਂ ਤੇ ਵੱਧ ਹੁੰਦੇ ਇਹ ਵੀ ਵੇਖਿਆ ਗਿਆ ਕਿ ਜੇ ਇੱਕੋ ਜਿਹਾ ਜੁਰਮ ਕੀਤਾ ਹੋਵੇ ਦੋ ਬੰਦੇ ਕਦੇ ਚੋਰੀ ਕਰਦੇ ਫੜੇ ਗਿਆ ਇੱਕ ਗੋਰਾ ਜਿਹੜਾ ਉਹਨੂੰ ਸਜ਼ਾ ਘੱਟ ਹੁੰਦੀ ਆ ਦੂਸਰੇ ਨੂੰ ਵੱਧ ਹੁੰਦੀ ਹੈ ਔਰ ਕੇਸਾਂ ਦੀ ਗਣਤੀ 'ਚ ਵੀ ਉਹਨਾਂ ਨੂੰ ਥੋੜ੍ਹਾ ਨੂੰ ਵੋਦੀ ਆ ਗੋਰਿਆਂ ਨੂੰ ਤੇ ਦੂਸਰਿਆਂ ਨੂੰ ਵੱਧ ਨੂੰ ਹੁੰਦੀ ਆ ਜੇ ਸਜ਼ਾ ਵੀ ਦੇਣੀ ਹੋਵੇ ਤੇ ਜੇ ਗੋਰੇ ਨੂੰ 3 ਸਾਲ ਮਿਲਦੇ ਆ ਤੇ ਗੈਰ ਗੋਰੇ ਨੂੰ 5 6 7 ਸਾਲ ਕਿਉਂਕਿ ਜੱਜ ਕੋਲੇ ਡਿਸਕ੍ਰੀਪਸ਼ਨ ਹੁੰਦੀ ਆ 3 ਸਾਲ ਤੋਂ ਲੈ ਕੇ 10 ਸਾਲ ਤੱਕ ਕਰ ਸਕਦਾ 5 ਸਾਲ ਤੋਂ ਲੈ ਕੇ 15 ਸਾਲ ਤੱਕ ਕਰ ਸਕਦਾ ਉਮਰ ਤੋਂ ਘੱਟ ਜਿਹੜੀ ਆ ਉਹ ਗੋਰੇ ਦੇ ਬਾਅਦ ਲਾਗੂ ਕਰ ਦਿੰਦਾ ਉਹਨੂੰ ਕੈਦ ਕਰਨੀ ਆ ਤੇ ਸੁਧਾਰ ਨੂੰ ਉਮਰ ਕੈਦ ਵੀ ਕਰ ਸਕਦਾ 10 ਸਾਲ ਦੀ ਵੀ ਕਰ ਸਕਦਾ ਪਰ ਇਹ ਵੀ ਲਿਖ ਸਕਦਾ ਕਿ ਆਖਰੀ ਸਾਹ ਤੱਕ ਜੇਲ੍ਹ ਚ ਰਹੇਗਾ ਇਹ ਜੱਜ ਦੀ ਮਰਜ਼ੀ ਤੇ ਹੁੰਦਾ ਇਹ ਉੱਥੋਂ ਦੀ ਜਿਹੜੀ ਰਵਾਇਤ ਅਜੇ ਤੱਕ ਟੁੱਟਦੀ ਨਹੀਂ ਉੱਥੇ ਨਸਲਵਾਦ ਦਾ ਕੀੜਾ ਅਜੇ ਵੀ ਉਹਨਾਂ ਚ ਆ ਉਸ ਨਸਲਵਾਦ ਦੇ ਕੀੜੇ ਨੇ ਦੁਨੀਆ ਦੀ ਸੁਪਰ ਪਾਵਰ ਕਹਾਉਣ ਵਾਲੇ ਅਮਰੀਕਾ ਦਾ ਚਿਹਰਾ ਐਸ ਵੇਲੇ ਦੁਨੀਆ ਚ ਇੱਕ ਵਾਰੀ ਫਿਰ ਬਹੁਤ ਬੁਰੀ ਤਰ੍ਹਾਂ ਧੁਆਕਤਾ ਹੁਣ ਕੋਈ ਚੱਜ ਦੀ ਸਰਕਾਰ ਕੱਲ ਨੂੰ ਆ ਜਾਵੇ ਤੇ ਸੁਧਾਰ ਕਰ ਸਕਦੀ ਹੈ ਪਰ ਜੇ ਕਟੜਪੰਥੀ ਪੁਨਾ ਭਾਰੂ ਹੋ ਗਿਆ ਤੇ ਉਹ ਕਟੜਪੰਥੀ ਪੁਨਾ ਅਮਰੀਕਾ ਦੀ ਦਿੱਖ ਹੋਰ ਬਗੜੂਗਾ ਪਨੂ ਸਾਹਿਬ ਜਿਹੜੀ ਗੱਲ ਕਰੋਨਾ ਦੀ ਗਲ ਰਹੀ ਹੈ ਔਰ ਉਹਦੇ ਜੇ ਆਮ ਤੌਰ ਤੇ ਦੋਸ਼ ਲਾਇਆ ਜਾ ਰਿਹਾ ਕਿ ਇਹਦੀ ਸ਼ੁਰੂਆਤ ਵਹਾਨ ਤੋਂ ਹੋਈ ਚਾਈਨਾ ਤੋਂ ਹੋਈ ਔਰ ਚਾਈਨਾ ਦਾ ਇਸ ਕਰਕੇ ਪੂਰੀ ਦੁਨੀਆ ਦੇ ਵਿਚ ਇਸ ਗਲਤੀ ਵਿਰੋਧ ਵੀ ਹੋਇਆ ਲੇਕਿਨ ਜਦ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ ਕਿ ਚਾਈਨਾ ਦਾ ਜਿਹੜਾ ਕੋਰੋਨਾ ਵਾਇਰਸ ਨੂੰ ਛੱਡ ਕੇ ਵੀ ਚਾਈਨਾ ਔਰ ਸਾਡੇ ਆਪਣੇ ਦੇਸ਼ ਦੇ ਜਿਹੜਾ ਸੀਮਾਵਾਂ ਦਾ ਜਿਹੜਾ ਬਾਰਡਰ ਦਾ ਵਿਵਾਦ ਚੱਲ ਰਿਹਾ ਹੈ ਲਦਾਖ ਚ ਉਹ ਦੇ ਜਿਹੜੇ ਇੱਕ ਇੱਕ ਨਵੇਂ ਕਿਸਮ ਦੀ ਜਿਹੜੀ ਇੱਕ ਪਰੇਸ਼ਾਨੀ ਖੜੀ ਕਰ ਦਿਤੀ ਹੈ ਚਾਈਨਾ ਨੇ ਉਹਦੇ ਬਾਰੇ ਜਿਹਦੇ ਵਿੱਚ ਅੱਜ ਵੀ ਹੈਗਾ ਕਿ ਸਾਡੇ ਟਾਪ ਲੈਵਲ ਆਫਿਸਰਸ ਆਪਸ ਵਿੱਚ ਮੀਟ ਕਰਨਗੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਰੋਨਾ ਦਾ ਇਸ਼ੂ ਵੱਖਰਾ ਸੀ ਸਾਡਾ ਬਾਰਡਰ ਦਾ ਇਸ਼ੂ ਜਿਹੜਾ ਉਹ ਵੱਖਰਾ ਬਾਰਡਰ ਦਾ ਮੁੱਦਾ 1947 ਚ ਅਸੀਂ ਆਜ਼ਾਦ ਹੋਏ ਤੇ 1948 ਚ ਉੱਥੇ ਉਸ ਸਰਕਾਰ ਨੇ ਕਮਾਂਡ ਸੰਭਾਲੀ ਜਿਹੜੀ ਉਦੋਂ ਤੋਂ ਲੈ ਕੇ ਅੱਜ ਤੱਕ ਚੱਲਦੀ ਹੁੰਦੀ ਹੈ ਜੀ ਉਦੋਂ ਤੋਂ ਹੀ ਸਾਡਾ ਬਾਰਡਰ ਦਾ ਮੁੱਦਾ ਚੱਲਦਾ ਹੁੰਦਾ ਹੁੰਦਾ ਅੰਗਰੇਜ਼ਾਂ ਦੇ ਵਕਤ ਇੱਕ ਵਾਰੀ ਭਾਰਤ ਤੇ ਚੀਨ ਦੇ ਵਿਚਾਲੇ ਬਾਰਡਰ ਵਾਸਤੇ ਮੈਕਮੋਨ ਲਾਈਨ ਬਣਾਉਣ ਦੀ ਗੱਲ ਚੱਲੀ ਸੀ ਜੀ ਉਹ ਚੱਲੀ 1915 16 17 ਦੇ ਨੇੜੇ ਸਾਰਾ ਕੁਝ ਤੈ ਹੋ ਗਿਆ ਮੈਕਮੋਨ ਨੇ ਲਾਈਨ ਬਣਾਤੀ ਜਿਹੜਾ ਦਿੱਲੀ ਦੇ ਵਿੱਚ ਅੰਗਰੇਜ਼ਾਂ ਦਾ ਵਾਇਸਰਾਏ ਬੈਠਾ ਸੀ ਉਹਨਾਂ ਦੋਹਾਂ ਦੀ ਆਪੋ ਜਿ ਖਿੱਚੋ ਤਾਣ ਸੀ ਉਹਨੇ ਪਾਸ ਨਾਉਣ ਦਿੱਤੀ ਫਿਰ ਵਾਇਸਰਾਏ ਵੀ ਚਲਾ ਗਿਆ ਉਹਦੇ ਬਾਅਦ ਮੈਕਮੋਨ ਵੀ ਚਲਾ ਗਿਆ 15 ਸਾਲਾਂ ਬਾਅਦ ਜਾ ਕੇ 18 ਸਾਲਾਂ ਬਾਅਦ 1933 ਚ ਫਿਰ ਗੱਲ ਚੱਲੀ ਇਹਨਾਂ ਨੇ ਆਖਿਆ ਨਵਾਂ ਵਾਇਸਰਾਇ ਸੀ ਉਹਨੇ ਆਖਿਆ ਕਿ ਲਾਈਨ ਇਹੋ ਬਣਦੀ ਐ ਸਾਨੂੰ ਮੰਨ ਲੈਣੀ ਚਾਹੀਦੀ ਐ ਜੀ ਜਦੋਂ ਉਹ ਬਣਾਉਣ ਲੱਗੇ ਤੇ ਉਸ ਮੌਕੇ ਦੇ ਉੱਤੇ ਚੀਨ ਵਿੱਚ ਅਨਾਰਕੀ ਫੈਲ ਚੁੱਕੀ ਸੀ ਗੜਬੜ-ਚੌਤ ਸੀਗੀ ਪੁਰਾਣੇ ਜਿਹੜੇ ਭੱਜ ਗਏ ਸਨ ਵਿੱਚੇ ਹੀ ਉਹ ਅਮਰੀਕਾ ਦੀਆਂ ਫੌਜਾਂ ਤੁਰੀਆਂ ਫਿਰਦੀਆਂ ਸਨ ਵਿੱਚੇ ਹੀ ਜਾਪਾਨ ਵਾਲੇ ਕਿਸੇ ਪਾਸੇ ਤੁਰੇ ਫਿਰਦੇ ਸਨ ਵਿੱਚੇ ਹੀ ਕਾਮਰੇਡ ਮੌਜਿਤ ਤੁੰਗ ਆਪਣਾ ਲੌਂਗ ਮਾਰਚ ਕਰਦਾ ਫਿਰਦਾ ਸੀ ਉੱਥੇ ਕੋਈ ਗੱਲ ਕਰਨ ਵਾਲਾ ਨਹੀਂ ਸੀ ਗੱਲ ਕਿੱਦਾਂ ਕਰਦੇ ਉਹ ਲਾਈਨ ਵੀ ਅਜੇ ਤੱਕ ਮੰਨੀ ਨਹੀਂ ਗਈ ਹੁਣ ਉਹ ਕਹਿੰਦੇ ਆ ਜੀ ਸਾਡਾ ਫਲਾਣਾ ਰਾਜਾ ਉਹਦੀ ਫੌਜ ਭਾਰਤ ਦੇ ਫਲਾਣੇ ਸੂਬੇ ਤੱਕ ਪਹੁੰਚੀ ਸੀ ਉਹ ਸਾਰਾ ਇਲਾਕਾ ਸਾਡਾ ਅਸੀਂ ਕਹਿੰਦੇ ਜੀ ਸਾਡੇ ਫਲਾਣ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸਿੱਖ ਜਰਨੈਲ ਹੁੰਦਾ ਸੀ ਹੂੰ ਉਹਦਾ ਨਾਮ ਜ਼ੋਰਾਵਰ ਸਿੰਘ ਸੀ ਜੀ ਉਹਨੂੰ ਭਾਰਤ ਦਾ ਨਪੋਲੀਅਨ ਕਹਿੰਦੇ ਸੀ ਹੂੰ ਉਹ ਇਥੋਂ ਆ ਜਿਨੇ ਬਾਲਟਿਸਤਾਨ ਕਾਰਗਿਲ ਲਦਾਖ ਇਹਨਾਂ ਸਾਰਿਆਂ ਨੂੰ ਜਿੱਤਦਾ ਜਿੱਤਦਾ ਉਹ ਜਿਹੜੇ ਲਿਪੂ ਲੇਖ ਦੇ ਵਿੱਚ ਅੱਜਕੱਲ੍ਹ ਨੇਪਾਲ ਨਾਲ ਸਾਡਾ ਝਗੜਾ ਪਿਆ ਕਾਲਾ ਪਣੀ ਝੀਲ ਤੱਕ ਪਿਆ ਉਹ ਉੱਥੋਂ ਤੱਕ ਚੱਲ ਆ ਗਿਆ ਸੀ ਉਹ ਉਸ ਮੌਕੇ ਤੇ ਚੱਲਦਾ ਚੱਲਦਾ 150 ਕਿਲੋਮੀਟਰ ਚੀਨ ਦੇ ਅੰਦਰ ਚਲਾ ਗਿਆ ਸੀ ਇੱਕ ਕਿਲੇ ਤੇ ਜਾ ਕੇ ਉਹਨੇ ਕਬਜ਼ਾ ਕਰ ਲਿਆ ਤੇ ਉਸ ਕਿਲੇ ਦਾ ਨਾਮ ਕਿਲਾ ਜੋਰਾਵਰ ਸਿੰਘ ਰੱਖਤਾ ਬਾਅਦ ਵਿੱਚ ਪਿੱਛੋਂ ਬਰਫਾਂ ਪੈਣ ਕਰਕੇ ਸਪਲਾਈ ਲਾਈਨ ਟੁੱਟ ਗਈ ਉਹਨੂੰ ਵਾਪਸ ਆਉਣਾ ਪਿਆ ਤੇ ਰਾਜ ਮਰ ਗਿਆ ਉਹ ਜਿਹੜੇ ਜਿਸ ਤਰ੍ਹਾਂ ਦਾ ਉਹ ਸੀ ਉਹਨੂੰ ਭਾਰਤ ਦਾ ਨੈਪੋਲੀ ਨੂੰ ਉਸ ਵਕਤ ਆਖਿਆ ਗਿਆ ਸੀ ਉਹ ਜਿਹੜਾ ਜਨਰਲ ਜੋਰਾਵਰ ਸਿੰਘ ਸੀ ਅਸੀਂ ਕਿੰਨੇ ਸਾਡਾ ਪ੍ਰੋਤਕ ਚੇਦ ਹੁਣ ਚੰਗੀ ਗੱਲ ਤਾਂ ਇਹ ਆ ਕਿ ਦੋਵੇਂ ਤਰ੍ਹਾਂ ਵਿਚਾਲੇ ਕੋਈ ਸਹਿਮਤੀ ਦਾ ਰਾਹ ਕੱਢ ਲੈ ਸਾਡੀ ਪਾਕਿਸਤਾਨ ਨਾਲ ਜੰਮੂ ਕਸ਼ਮੀਰ 'ਚ ਕੰਟਰੋਲ ਰੱਖ ਲਈ ਉੱਥੇ ਜਿਹੜੀ ਚੀਨ ਨਾਲ ਉਹ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹ ਚ ਫਰਕ ਹੈ ਕਿ ਕਿੰਨਾ ਕਿੰਨਾ ਕਿਹਦਾ ਕਬਜ਼ਾ ਜੀ ਉਹ ਅਜੇ ਜਾਂ ਤਿੱਬਤ ਨੂੰ ਅਜੇ ਤੱਕ ਚੀਨ ਦਾ ਐਸਾ ਨਹੀਂ ਮੰਨਦੇ ਜਦ ਕੋਈ ਚੀਨ ਦੇ ਕਬਜ਼ੇ ਚ ਉਹ ਸਾਡੇ ਅਰੁਣਾਚਲ ਪ੍ਰਦੇਸ਼ ਦੇ ਉੱਤੇ ਅਜੇ ਤੱਕ ਖਾਸ ਕਰਕੇ ਉਹਦੇ ਤਮੰਗ ਜ਼ਿਲ੍ਹੇ ਦੇ ਉੱਤੇ ਉਹ ਕਹਿੰਦੇ ਸਾਡਾ ਅੱਛਾ ਜਿਹੜਾ ਕੋਈ ਉਸ ਇਲਾਕੇ ਚ ਡਿਊਟੀ ਕਰਕੇ ਆਉਂਦਾ ਉਹਨੂੰ ਚੀਨ ਵਾਲੇ ਵੀਜ਼ਾ ਹੀ ਨਹੀਂ ਦਿੰਦੇ ਜੇ ਦਿੰਦੇ ਆ ਤੇ ਉਹਦੇ ਪਾਸਪੋਰਟ ਤੇ ਸਟੈਂਪ ਨਹੀਂ ਲਾਉਂਦੇ ਵੱਖਰਾ ਇੱਕ ਕਾਗਜ਼ ਦਿੰਦੇ ਕਹਿੰਦੇ ਅਸੀਂ ਮੰਨਦੇ ਨਹੀਂ ਉਹਨੂੰ ਮਾਨਤਾ ਨਹੀਂ ਦਿੰਦੇ ਇਹਦੇ ਉੱਤੇ ਉਹ ਵੀ ਡੇਟਾ ਪਾਉਂਦੇ ਹੁਣ ਕਈ ਇਹ ਥੋੜੀ ਥੋੜੀ ਟੈਨਸ਼ਨ ਚੱਲਦੀ ਸੀ ਜਿਹਨੂੰ ਸਾਡਾ ਮੀਡੀਆ ਬਹੁਤ ਵਧਾ ਕੇ ਪੇਸ਼ ਕਰਦਾ ਰਿਹਾ ਇੱਕ ਦਿਨ ਤੇ ਮੀਡੀਆ ਨੇ ਇਹੋ ਜਿਹੀ ਵੀ ਕਰ ਦਿੱਤੀ ਜੇ ਹੱਥੋਂ ਪਈ ਹੁੰਦੇ ਪਏ ਨੇ ਤੇ ਸਾਡੀ ਫੌਜ ਦੇ ਮੁਖੀ ਨੂੰ ਜਨਰਲ ਬਿਆਨ ਦੇਣਾ ਪਿਆ ਨਰਗੋੜੇ ਨੂੰ ਇਹ ਕਹਿਣਾ ਪਿਆ ਕਿ ਉਹ ਵੀਡੀਓ ਫੇਕ ਆ ਉਹ ਵੀਡੀਓ ਅਸਲੀ ਨਹੀਂ ਇਸ ਤੋਂ ਬਾਅਦ ਦੋਵਾਂ ਤਰ੍ਹਾਂ ਦੇ ਡਿਪਲੋਮੈਟਿਕ ਚੈਨਲ ਵੀ ਚੱਲੇ ਸਾਡੇ ਰਾਜਦੂਤਾਂ ਉਹਨਾਂ ਦੇ ਰਾਜਦੂਤਾਂ ਨੇ ਗੱਲ ਵੀ ਕੀਤੀ ਉਹਦੇ ਤੋਂ ਬਾਅਦ ਦੋਵਾਂ ਤਰ੍ਹਾਂ ਦੇ ਜਿਹੜੇ ਉੱਥੇ ਮੋਰਚਾ ਕਮਾਂਡਰ ਸਨ ਬ੍ਰਿਗੇਡੀਅਰ ਪੱਧਰ ਦੇ ਉਹਨਾਂ ਦੀ ਗੱਲ ਵੀ ਹੋਈ ਅਖੀਰ ਇਹ ਤੈ ਹੋਇਆ ਕਿ 6 ਜੋਨ ਨੂੰ ਦੋਵੇਂ ਤਰ੍ਹਾਂ ਦੇ ਕੋਰ ਕਮਾਂਡਰ ਸਾਡੇ ਇੱਥੇ ਜਿਹੜੇ ਕੋਰ ਕਮਾਂਡਰ ਨੇ ਤੇ ਉਹਨਾਂ ਦੇ ਚੇਨ ਦੇ ਦੋਵੇਂ ਲੈਫਟੀਨੈਂਟ ਜਨਰਲ ਰੈਂਕ ਦੇ ਇਹ ਦੋਵੇਂ ਜਨਰਲ ਬੈਠਣਗੇ ਕੋਰਾ ਅਕੈडमी ਤੇ ਇਹਦੀ ਪਹਿਲੀ ਸਿਖਾਵੀਂ ਗੱਲ ਇਹ ਸੀ ਕਿ ਦੋਵੇਂ ਤਰ੍ਹਾਂ ਨੇ ਆਪਣੀ ਆਪਣੀ ਫੌਜ 2-2 ਕਿਲੋਮੀਟਰ ਪਿੱਛੇ ਹਟਾ ਲਈ ਉਹਨਾਂ ਨੇ ਹਟਾਈ ਤੇ ਅਸੀਂ ਵੀ ਹਟਾਈ ਇੱਕ ਤਰੀਕਾ ਜਿਹਦੇ ਵਿੱਚੋਂ ਕੋਈ ਸਿਖਾਵਾ ਨਾ ਨਿਕਲ ਸਕਦਾ ਅਸੀਂ ਸੁੱਖ ਮੰਗੇ ਜੰਗਾ ਜਦੋਂ ਵੀ ਲੱਗਣ ਮਾੜੀਆਂ ਮੈਂ ਇਸ ਪੱਖ ਤੋਂ ਵੀ ਮਾੜੀਆਂ ਸਮਝਦਾ ਕਿੰਨਾ ਜੰਗਾ ਚ ਕਦੇ ਕਿਸੇ ਲੀਡਰ ਦਾ ਪੁੱਤ ਕਦੇ ਕਿਸੇ ਮੰਤਰੀ ਦਾ ਪੁੱਤ ਉੱਤੇ ਬਾਰਡਰ ਤੇ ਨਾ ਆਉਂਦਾ ਸਧਾਰਨ ਆਦਮੀ ਜਾਂਦਾ ਸਧਾਰਨ ਆਦਮੀ ਜਾਂਦਾ ਔਰ ਉਹ ਉੱਥੇ ਜਾ ਕੇ ਲੜਦੇ ਮਰਦੇ ਨੇ ਜਾਨਾਂ ਦਿੰਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਸਰਕਾਰਾਂ ਕੀ ਸੋਚਦੀਆਂ ਇੱਥੇ ਥੱਲੇ ਮੋਰਚੇ ਦੀ ਫਿਲਾਸਫੀ ਹੋਰ ਹੁੰਦੀ ਆ ਮੋਰਚੇ ਤੇ ਖੜੇ ਸੰਤਰੀ ਦੀ ਮਾਨਸਿਕਤਾ ਹੋਰ ਹੁੰਦੀ ਆ ਦਿੱਲੀ ਵਿੱਚ ਬੈਠਿਆਂ ਤੇ ਉਧਰ ਬੀਜਿੰਗ ਵਿੱਚ ਬੈਠਿਆਂ ਜਾਂ اسلامਾਬਾਦ ਵਿੱਚ ਬੈਠਿਆਂ ਨੂੰ ਇਹ ਪਤਾ ਹੀ ਨਹੀਂ ਕਿ ਮੋਰਤਿਆਂ ਦੇ ਉੱਤੇ ਬੈਠੇ ਜਵਾਨਾਂ ਦਾ ਕੀ ਹਾਲ ਹੈ ਇਸ ਕਰਕੇ ਅਸੀਂ ਸੁੱਖ ਮੰਗੀਏ ਕਿ ਸਾਰੇ ਕੁਝ ਠੀਕ ਠਾਕ ਹੋ ਜਾਏ ਆਸ ਕਰੀਏ ਕੋਈ ਇਹਦਾ ਕੋਈ ਸਕਾਰਾਤਮਕ ਜਿਹੜਾ ਹੱਲ ਨਿਕਲ ਬਵੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਪਿਛਲੇ ਹਫਤੇ ਗੱਲ ਬਾਰ-ਬਾਰ ਆ ਰਹੀ ਸੀ ਕਿ ਕਿਸਾਨਾਂ ਦਾ ਇੱਕ ਤਾਂ ਬਹੁਤ ਜਾਜਾਕਾਰ ਕੀਤੀ ਜਾ ਰਹੀ ਸੀ ਕਿ ਕਣਕ ਦੀ ਜਿਹੜੀ ਹੈਗੀ ਹੈ ਬਹੁਤ ਵੱਡੀ ਪੈਦਾਵਾਰ ਕੀਤੀ ਔਰ ਉਚਿਤ ਮੁੱਲ ਵੀ ਮਿਲਿਆ ਲੇਕਿਨ ਨਾਲ ਹੀ ਗੱਲ ਬੀਜ ਘਟਾਲੇ ਦੀ ਜੁੜ ਪਈ। ਉਹ ਜਿਹੜਾ ਬੀਜ ਘਟਾਲੇ ਦਾ ਇਸ ਪਿਛਲੇ ਹਫਤੇ ਕੀ ਸਟੇਟਸ ਰਿਹਾ? ਦੇਖੋ ਇਹਦੇ ਚ ਦੋ ਤਿੰਨ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਕਿ ਪੈਦਾਵਾਰ ਦਾ ਜਿਹੜਾ ਇਹ ਕਹਿਤਾ ਗਿਆ ਕਿ ਬਹੁਤ ਅਸੀਲੇਟ ਦਿੱਤਾ। ਪੰਜਾਬ ਸਰਕਾਰ ਨੇ 1200 ਰੁਪਏ ਦਾ ਵਾਅਦਾ ਮੰਗਿਆ ਸੀ। ਕਿੰਦਾ ਸਰਕਾਰ ਨੇ 1200 ਦਾ 600 ਬ ਨਹੀਂ ਕੀਤਾ 300 ਬ ਨਹੀਂ 100 ਬ ਨਹੀਂ ਕੀਤਾ ਸਿਰਫ 53 ਰੁਪਏ ਵਧਾਏ ਤੇ ਘਟਨੇ ਕਿਸਾਨਾਂ ਦਾ ਸਰਦਾ ਹੀ ਨਹੀਂ ਇਹਨੇ ਨਾਲ ਫਿਰ ਕਿਸਾਨ ਚੋਨਾ ਕਦ ਲਈ ਵੇਚੇਗਾ ਵੇਚ ਲੱਗਿਆ ਉਹਦਾ ਤਾਂ ਮਨ ਟੁੱਟ ਗਿਆ ਦਿਲ ਟੁੱਟ ਗਿਆ ਉਹਦਾ ਕੰਮ ਕੀ ਕਰੇਗਾ ਇਹ ਮਾੜਾ ਕੀਤਾ ਦੂਸਰੀ ਗੱਲ ਜਿਹੜੀ ਆ ਕਿ ਇਹ ਕਹਿਤਾ ਗਿਆ ਕਿ ਉੱਥੇ ਜਾ ਕੇ ਮੰਡੀ 'ਚ ਚਲੇ ਜਾਓ ਤੁਸੀਂ ਹਰਿਆਣੇ 'ਚ Rajasthan ਜਿੱਥੇ ਮਰਜ਼ੀ ਜਾ ਕੇ ਵੇਚ ਸਕਦੇ ਹੋ ਓਪਨ ਮੰਡੀ ਕਰ ਦਿੱਤੀ ਇੱਕ ਮੰਡੀ ਇੱਕ ਬਾਜ਼ਾਰ ਕਰ ਦਿੱਤਾ ਗਿਆ ਉਹਦਾ ਕਿਸਾਨਾਂ ਦੇ ਵਿੱਚੋਂ ਜਿਹੜੇ ਵੱਡੇ ਕਿਸਾਨ ਨੇ ਜਿਨ੍ਹਾਂ ਦੇ ਕੋਲ 200 ਏਕੜ 400 ਏਕੜ ਕਈ ਇੱਥੇ 2000 5000 ਏਕੜ ਵਾਲੇ ਵੀ ਆ ਕਹਿੰਦੇ ਰਾਜ ਕਰਨ ਵਾਲਿਆਂ ਚ ਵੀ ਨੇ ਜੀ ਉਹ ਜਿਹੜੇ ਉਹਨਾਂ ਵਾਸਤੇ ਸੌਖਾ ਮੈਕਨਾਈਜ਼ ਖੇਤੀ ਆ ਸਾਰਾ ਕੁਝ ਮਸ਼ੀਨਾਂ ਨਾਲ ਆ ਜਿੱਦਾਂ ਦੀ ਕੰਪਨੀ ਚਲਾਉਂਦੇ ਉਦਾਂ ਦਾ ਹੀ ਉਹ ਫਾਰਮ ਚਲਾਉਂਦੇ ਆ ਉਹਨਾਂ ਦੇ ਕੋਲੋਂ ਇੱਕ ਸਾਥੋਂ ਫਸਲ ਨਿਕਲਦੀ ਆ ਤੇ ਟਰੱਕਾਂ ਤੇ ਲੱਦ ਕੇ ਰਾਜ ਦੇ ਰਾਜਸਥਾਨ ਦੇ ਵਿੱਚ ਜਿੱਥੇ ਚਾਂਗ ਜਾਸਿਬੀ ਆ ਜੀ ਜਿਹੜਾ ਸੁਧਾਰਨ 2 ਕਿੱਲੇ 5 ਕਿੱਲੇ 12 ਕਿੱਲੇ ਵਾਲਾ ਉਹ ਕੀ ਕਰੇਗਾ ਉਹ ਆਪਣੀ ਫਸਲ ਟਰਾਲੀ ਤੇ ਮਸਾ ਮੰਡੀ ਤੱਕ ਲਿਉਂਦਾ ਟਰੈਕਟਰ ਦੇ ਲਦਨ ਜੋ ਕੀ ਫਸਲ ਨਹੀਂ ਉਹਨੂੰ ਆਖ ਜਵੇ ਹਰਿਆਣੇ ਜਾ ਕੇ ਵੇਚ ਲਵਾਂ ਅੰਮ੍ਰਿਤਸਰ ਜਾਂ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਦਾ ਕਿਸਾਨ ਉਹ ਤੱਕ ਲੈ ਕੇ ਜਾਵੇਗਾ ਟਰੈਕਟਰ ਤੇ ਇਹ ਟਰੈਕਟਰ ਦੇ ਵੱਡੇ ਟਾਇਰਾਂ ਦੀਆਂ ਮੋਟੀਆਂ-ਮੋਟੀਆਂ ਗੁੱਟੀਆਂ ਹੁੰਦੀਆਂ ਜਿਹੜੀਆਂ ਜਦੋਂ ਹੱਲਾ ਪਿੱਛੇ ਪਈਆਂ ਹੋਣ ਤੇ ਹੱਲਾ ਦੇ ਨਾਲ ਵਾਹੁੰਦਿਆਂ ਕਈ ਵਾਰੀ ਉਹ ਟਰੈਕਟਰ ਸਲਿੱਪ ਕਰਨ ਲੱਪਿੰਦਾ ਤੇ ਉਹ ਗੁੱਟੀਆਂ ਉਹਨੂੰ ਫਸਲ ਖੇਤ ਦੇ ਵਿੱਚ ਚੱਲਦਾ ਰੱਖਦੀਆਂ ਜਦੋਂ ਇੱਥੋਂ ਚੱਲ ਕੇ ਹਰਿਆਣੇ ਤੱਕ ਗਿਆ ਪੱਕੀ ਸੜਕ ਤੇ ਤੇ ਉੱਥੋਂ ਵਾਪਸ ਆਇਆ ਤੇ ਆਉਂਦਿਆ ਸਰ ਉਹਨੂੰ ਪਹਿਲਾਂ ਵੱਡੇ ਟਾਇਰ ਬਦਲਨੇ ਪੈਣੇ ਉਹ ਤਾਂ ਰਗੜਿਆ ਜਾਊਗਾ ਉਹ ਟ੍ਰੱਕਾਂ ਤੇ ਜਾਣ ਜੋਗਾ ਨਹੀਂ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਇਹ ਵੱਡੇ ਕਿਸਾਨਾਂ ਦੇ ਫਾਇਦੇ ਦੀ ਸਾਰੀ ਸਕੀਮ ਕੀਤੀ ਗਈ ਹੈ ਜਿਹੜੀ ਸਰਕਾਰ ਨੇ ਇਹ ਕਹਿ ਕੇ ਕਿਸਾਨਾਂ ਦਾ ਫਾਇਦਾ ਕਰਨਾ ਅਸਲ ਵਿੱਚ ਕਿਸਾਨਾਂ ਦੇ ਫਾਇਦੇ ਦੀ ਗੱਲ ਨਹੀਂ ਕੀਤੀ ਇਹ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਫਾਇਦੇ ਬਹੁਤ ਸਾਰੇ ਆੜਤੀਏ ਕੱਲ ਨੂੰ ਕੋਈ ਹੋਰ ਕਾਰੋਬਾਰੀ ਜਿਹਨਾਂ ਕਿਸਾਨਾਂ ਦੇ ਕਿਸਾਨਾਂ ਦੇ ਹਾਂ ਜਿਹਨਾਂ ਕੋਲ ਸਾਧਨ ਹੈਗੇ ਆ ਆ ਫਸਲ ਕਿਸਾਨਾਂ ਦੇ ਨਾਂ ਤੇ ਲੈਣਗੇ ਟਰੱਕਾਂ ਦੇ ਉੱਤੇ ਕਹਿਣਗੇ ਜੀ ਇਹ ਫਲਾਣੇ ਸੁਦાગਰ ਸੋਂ ਦਾ ਮਾਲ ਆ ਫਲਾਣੇ ਤਾਰਾ ਸਿੰਘ ਦੀ ਫਸਲ ਆ ਉਹ ਲੈ ਕੇ ਚੱਲੇ ਆ ਤਾਰਾ ਸਿੰਘ ਦਾ ਨਾਂ ਕਾਗਜ਼ ਤੇ ਲਿਖਿਆ ਹੋਵੇਗਾ ਮੁਨਾਫਾ ਕਿਸੇ ਹੋਰ ਦੀ ਜੇ ਜੀ ਇੱਕ ਜਿਹੜੇ ਹੋਰ ਖਬਰ ਜਿਹੜੀ ਸਾਡੇ ਪੰਜਾਬ ਨੂੰ ਵੀ ਸਿੱਧਾ-ਸਿੱਧਾ ਅਫੈਕਟ ਕਰਦੀ ਹੈ ਔਰ ਜਿਹੜੇ ਨੂੰ ਡੜਾ ਕੇ ਕ੍ਰੈਡਿਟ ਲੈਣ ਵਾਸਤੇ ਵੀ ਅਲੱਗ-ਅਲੱਗ ਨੀਤੀਤਿਕ ਪਾਰਟੀਆਂ ਉਹਦਾ ਪਿੱਛੇ ਪੈ ਰਹੀਆਂ ਨੇ ਕਿ ਦਿੱਲੀ ਤੋਂ ਜਿਹੜਾ ਕਟੜਾ ਜਿਹੜਾ ਬਣ ਰਿਹਾ ਹੈਗਾ ਨੈਸ਼ਨਲ ਹਾਈਵੇ ਉਹ ਉਹਦੀ ਮਨਜ਼ੂਰੀ ਜਿਹੜੀ ਹੈ ਲਗਭਗ ਮਿਲ ਗਈ ਹੈ ਔਰ 3 ਸਾਲਾਂ ਦੇ ਵਿੱਚ ਪ੍ਰੋਜੈਕਟ ਨੂੰ ਖਤਮ ਕਰਨਾ ਹੈ ਕੀ ਕਹਿਣਾ ਚਾਹੂੰਗਾ ਪ੍ਰੋਜੈਕਟ ਬਹੁਤ ਵਧੀਆ ਜੀ ਇਹਦੇ ਵਿੱਚ ਰਾਜਨੀਤੀ ਬਹੁਤ ਚੱਲੀ ਹੈ ਹੂੰ ਇਹ ਸੀ ਤਿੰਨ ਡਰਾਇੰਗਾ ਹੂੰ ਇੱਕ ਡਰੈਂਕ ਸੀ ਜਿਹੜੀ ਪਿਛੋਂ ਖਨੌਰੀ ਤੱਕ ਆਉਂਦੀ ਹਰਿਆਣੇ ਚੋਂ ਨਿਕਲ ਕੇ ਜੀ ਉੱਥੋਂ ਅੱਗੇ ਮੋਗੇ ਵੱਲ ਦੀ ਇੱਥੋਂ ਤਰਨਤਾਰਨ ਤੇ ਖਡੂਰ ਸਾਹਿਬ ਦੇ ਵਿਚਾਲੇ ਦੀ ਹੋ ਕੇ ਤੇ ਜਾਂਦੀ ਸੀ ਕਟੜਾ ਨੂੰ ਉਹ ਬੜਾ ਲੰਮਾ ਰਸਤਾ ਸੀ ਹੂੰ ਦੂਜੀ ਡਰੈਂਕ ਸੀ ਕਿ ਉੱਥੋਂ ਖਨੌਰੀ ਤੋਂ ਆ ਕੇ ਮੋਗੇ ਜ਼ਿਲ੍ਹੇ ਦੇ ਧਰਮਕੋਟ ਕੋਲੋਂ ਇੱਥੋਂ ਥਲੇ-ਥਲੇ ਆ ਕੇ ਸultanpur Lodhi ਦੇ ਕੋਲ ਦੀ ਲੰਘ ਕੇ ਗੋਂਦਵਾਲ ਸਾਹਿਬ ਖਡੂਰ ਸਾਹਿਬ ਤੇ ਅੱਗੋਂ ਜੰਡੇਆਲੇ ਗੁਰੂ ਦੇ ਕੋਲ ਦੀ ਜੰਡੇਆਲੇ ਗੁਰੂ ਤੇ ਟਾਂਗਰੇ ਦੇ ਵਿਚਾਲੇ ਫਿਰ ਜਾਂਦੀ ਸੀ ਉਧਰ ਨੂੰ ਕਾਦੀਆਂ ਨੂੰ ਗੁਰਦਾਸਪੁਰ ਨੂੰ ਉਹ ਵੀ ਰਿਜੈਕਟ ਹੋ ਗਿਆ ਇੱਕ ਤੀਜਾ ਰਸਤਾ ਜਿਹੜਾ ਸਭ ਤੋਂ ਸ਼ਾਰਟੇਸਟ ਗਿਣਿਆ ਗਿਆ ਸਭ ਤੋਂ ਛੋਟਾ ਗਿਣਿਆ ਗਿਆ ਉਹ ਹੈ ਕਿ ਪਛੋ ਖਨੌਰੀ ਖਨੌਰੀ ਤੋਂ ਮੁੱਲਾਂਪੁਰ ਦੇ ਸਿਰਫ ਪਹਾੜ ਵਾਲੇ ਪਾਸੇ ਦੀ ਉੱਤਰਵਾਲ ਦੀ ਕੱਢ ਕੇ ਬੱਦੋਵਾਲ ਸਟੇਸ਼ਨ ਹੰਬੜਾ ਦੇ ਥੱਲਿਓਂ ਦੀ ਕੱਢ ਕੇ ਤਲਵੰਡ ਦੇ ਵੀ ਇੱਥੋਂ ਲਿਆ ਕੇ ਨੌਰਮਲ ਤੋਂ ਥੱਲੇ ਥੱਲੇ ਨੌਰਮਲ ਤੋਂ ਨਕਦਰ ਦੇ ਵਿਚਾਲੇ ਦੀ ਆ ਜਲੰਧਰ ਸਾਇੰਸ ਸਿਟੀ ਦੇ ਕੋਲ ਦੀ ਲੰਘ ਕੇ ਅੱਗੋਂ ਪਤੜਾਂ ਤੋਂ ਤੇ ਫਿਰ ਜਿਹੜਾ ਕਰਤਾਰਪੁਰ ਤੇ ਦਿਆਲਪੁਰ ਦੇ ਵਿਚਾਲੇ ਦੇ ਲੰਘ ਕੇ ਪੁਲੱਥ ਸ੍ਰੀ ਹਰਗੋਬਿੰਦਪੁਰ ਤੇ ਉਤਰ ਜਦੋਂ ਇਹ ਆਇਆ ਤੇ ਅੰਮ੍ਰਿਤਸਰ ਬਣਾ ਨੇ ਇਸ ਗੱਲ ਤੇ ਦਵਾਈ ਪਾਈ ਕਿ ਇਹ ਐਡਾ ਪ੍ਰਸਿੱਧ তীਰਥ ਸਾਰੇ ਦੁਨੀਆ ਦੇ ਟੂਰਿਸਟ ਆਉਂਦੇ ਆ ਇਹਨੂੰ ਤੋਹਾਂ ਪਿੱਛੇ ਕੱਢਦਾ ਪਹਿਲੇ ਦੋਵੇਂ ਰੂਟ ਤੋਹਾਂ ਕੱਟ ਦਿੱਤੇ ਇਹ ਦਿਓ ਇਹਦੇ ਉੱਤੇ ਕਈਆਂ ਤਰ੍ਹਾਂ ਨੇ ਕ੍ਰੈਡਿਟ ਲੈਂਡ ਦਾ ਯਤਨ ਕੀਤਾ ਕ੍ਰੈਡਿਟ ਨੂੰ ਅਸੀਂ ਛੱਡੀਏ ਅੰਤ ਨੂੰ ਫੈਸਲਾ ਹੋਇਆ ਕਿ ਉਹ ਸਾਰੀ ਲਾਈਨ ਪਿੱਛੋਂ ਆਵੇਗੀ ਇੱਥੋਂ ਨੂਰਮਹਿਲ ਤੋਂ ਨਬੂਰਮਹਿਲ ਨਕੋਦਰ ਦੇ ਵਿੱਚ ਦੀ ਲੰਘ ਕੇ ਜਦੋਂ ਜਲੰਧਰ ਤੋਂ ਜਲੰਧਰ ਨਕੋਦਰ ਰੋਡ ਤੇ ਆਵੇ ਇੱਥੇ ਕੰਗ ਸਾਬੂ ਤੋਂ ਅੱਗੇ ਉਹਦੇ ਵਿੱਚੋਂ ਲਿੰਕ ਦਿੱਤਾ ਜਾਵੇਗਾ ਜਿਹੜਾ ਸੁਲਤਾਨਪੁਰ ਲੋਧੀ ਗੌਂਦਵਰ ਸਾਹਿਬ ਖਡੂਰ ਸਾਹਿਬ ਇਹਨਾਂ ਦੇ ਕੋਲ ਦੀ ਹੋ ਕੇ ਤੇ ਅੱਗੋਂ ਜੰਡਿਆਲੇ ਦੇ ਕੋਲ ਦੀ ਫਿਰ ਉਹ ਲੰਘ ਕੇ ਤੇ ਅੱਗੇ 에ਰਪੋਰਟ ਤੱਕ ਜਾਵੇਗਾ ਇਹਦੇ ਵਿੱਚੋਂ 8-10 ਕਿਲੋਮੀਟਰ ਸਾਈਡ ਤੋਂ ਇੱਕ ਲਿੰਕ ਅੰਮ੍ਰਿਤਸਰ ਸ਼ਹਿਰ ਨੂੰ ਦਿੱਤਾ ਜਾਵੇਗਾ ਤੇ ਇੰਟਰਨੈਸ਼ਨਲ 에ਰਪੋਰਟ ਤੋਂ ਫਿਰ ਅੱਗੋਂ ਵੜਾ ਕੇ ਲਿਆ ਕੇ ਗੁਰਦਾਸਪੁਰ ਤੋਂ ਉਸੇ 'ਚ ਪਹੁੰਚੇਗਾ ਉਹ ਜੋ ਵੀ ਹੋਇਆ ਚੰਗਾ ਹੋ ਗਿਆ ਹੁਣ ਇਸ ਐਕਸਪ੍ਰੈਸ ਵੇ ਨੂੰ ਬਣ ਦੇਣਾ ਚਾਹੀਦਾ ਕ੍ਰੈਡਿਟ ਜਿਨ੍ਹਾਂ ਜਿਨ੍ਹਾਂ ਲੈਣਾ ਜਿਹੜਾ ਕੋਈ ਕਹਿੰਦਾ ਮੈਂ ਕਰਾਇਆ ਉਹਨੂੰ ਕਹੋ ਜੀ ਤੁਹਾਡਾ ਵੀ ਧੰਨਵਾਦ ਦੂਜਾ ਜਿਹਨੇ ਕੱਖ ਨਹੀਂ ਕਰਾਇਆ ਉਹ ਦੂਸਰੇ ਨਾਲ ਸਭ ਤੋਂ ਵੱਧ ਰੌਲਾ ਪਾਉਂਦਾ ਉਹਨੂੰ ਕਹੋ ਜੀ ਤੁਹਾਡਾ ਵੀ ਧੰਨਵਾਦ ਕਈ ਇਹੋ ਜਿਹੇ ਜਿਹੜੇ ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਜਮਨਾਦਾਸ ਪੰਜਾਬ ਚ ਆ ਕੇ ਪੰਜਾਬ ਸੋਹ ਵੀ ਬਣੇ ਫਿਰਦੇ ਆ ਉਹ ਦਿੱਲੀ ਜਾ ਕੇ ਉਹਨਾਂ ਨੂੰ ਕਹਿੰਦੇ ਜੋਤਾ ਕਰਤਾ ਠੀਕ ਆ ਪੰਜਾਬ ਤੇ ਆ ਕੇ ਨੇ ਮੈਂ ਕਰਾਇਆ ਉਹ ਉਹਨਾਂ ਦਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਹੁਣ ਬਣ ਜਾਂਦੇ ਉਹ ਹੁਣ ਬਣ ਜਾਂਦੇ ਹੀ ਆ ਕਿਉਂਕਿ ਇਹ ਦਿਨ ਪੰਜਾਬ ਤੋਂ ਸਮੁੱਚੇ ਰੋਪ ਤੇ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਬਹੁਤ ਵੱਡਾ ਫਾਇਦਾ ਅਸੀਂ ਤੇ 10 10 ਘੰਟੇ 11 11 ਲੱਗ ਜਾਂਦੇ ਦਿੱਲੀ ਜਾਂਦੇ ਆ ਫਿਰ ਅਸੀਂ 4 4.5 ਘੰਟੇ ਚ ਅਬਰਸਰ ਦੇ ਨੇੜੇ ਪਹੁੰਚ ਜਾਂ ਕਰਾਂਗੇ ਜੀ ਇੱਕ ਜੇ ਪੰਜਾਬ ਰਾਜਨੀਤੀ ਦੀ ਗੱਲ ਕਰਦੇ ਆ ਤੇ ਉਹਦੀ ਦੋ ਵੱਡੀਆਂ ਖਬਰਾਂ ਜ ਆਪਣੇ ਬਿੰਦਰ ਸਿੰਘ ਦੇ ਨਾਲ ਸੰਬੰਧਿਤ ਹੈ ਜਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਉਹ ਬਹੁਤ ਬਰੀਫ ਦੇ ਵਿੱਚ ਬਹੁਤ ਸੰਖੇਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਾਰੇ ਪਹਿਲਾਂ ਕਹਿੰਦੇ ਸੀ ਬੋਲਦਾ ਬੜਾ 5 ਮਿੰਟ ਚੁੱਪ ਨਹੀਂ ਰਹਿ ਸਕਦਾ ਜੀ ਹੁਣ ਉਹ 12 ਮਹੀਨੇ ਤੋਂ ਉੱਪਰ ਹੋ ਗਿਆ 13 13.5 ਮਹੀਨੇ ਹੋ ਗਏ ਚੁੱਪ ਵੱਟੀ ਬੈਠਾ ਜੀ ਅਚਾਨਕ ਖਬਰ ਆਈ ਹੈ ਕਿ ਦਿੱਲੀ ਚ ਅਰਵਿੰਦ ਕੇਜਰੀਵਾਲ ਨੂੰ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਨੂੰ ਕੋਈ ਬੰਦਾ ਮਿਲਿਆ ਕਿ ਆਮ ਆਦਮੀ ਪਾਰਟੀ ਚ ਆਉਣ ਨੂੰ ਤਿਆਰ ਤੁਸੀਂ ਲੈ ਲੋਗੇ ਰੋਲਾ ਪਿਆ ਹੂੰ ਉਹ ਹੁਣ ਕੇਜੀਵਾਲ ਕਹਿੰਦਾ ਜੀ ਆਜੀ ਅਸੀਂ ਸਵਾਗਤ ਕਰਾਂਗੇ ਪਰ ਸਿੱਧੂ ਤੇ ਕਹਿੰਦਾ ਨਹੀਂ ਮੈਂ ਜਾ ਰਿਹਾ ਸਿੱਧੂ ਦੇ ਬੰਦੇ ਜੀ ਕਹਿੰਦੇ ਕਿ ਉਹ ਜੀ ਕੋਈ ਗੱਲ ਨਹੀਂ ਹੋਈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਕੇਜਰੀਵਾਲ ਨੇ ਮੋੜਤਾ ਕਿ ਜਾ ਕੇ ਪੰਜਾਬ ਚ ਗੱਲ ਕਰੋ ਜੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਆਖਿਆ ਹੂੰ ਕਿ ਸਿੱਧੂ ਕਿਤੇ ਨਹੀਂ ਜਾ ਰਿਹਾ ਸਿੱਧੂ ਸਾਡਾ ਬੰਦਾ ਹੂੰ ਉਹ ਸਾਡੀ ਪਾਰਟੀ ਦਾ ਸਾਡਾ ਜ਼ਰੂਰੀ ਬੰਦਾ ਜੀ ਹੁਣ ਅਜੇ ਤੱਕ ਜਦ ਤੱਕ ਸਿੱਧੂ ਆਪ ਨਹੀਂ ਬੋਲਦਾ ਹੂੰ ਸਿੱਧੂ ਦੇ ਨਾਂ ਤੇ ਬੋਲਦੇ ਆ ਮੈਂ ਵੀ ਆਖੀ ਜਾਂ ਮੈਨੂੰ ਸਿੱਧੂ ਨੇ ਆਹ ਦੱਸਿਆ ਇਹਦਾ ਕੋ ਮਤਲਬ ਹੈ ਜਦ ਤੱਕ ਇਹੋ ਜੇ ਮਾਮਲੇ 'ਚ ਜਿਹੜਾ ਬੰਦਾ ਸਬੰਧਤ ਹੈ ਉਹ ਆਪ ਬਿਆਨ ਨਹੀਂ ਆਂਦਾ ਤਾਂ ਇਹ ਅਫਵਾਹਾਂ ਉਹਨਾਂ ਤਿਰ ਤੱਕ ਆ ਕੀ ਕਹਿੰਦਾ ਤੇ ਉਹ ਕੀ ਕਹਿੰਦਾ 3 13 ਚ ਬਿਲਕੁਲ ਨਹੀਂ ਪੈਣਾ ਚਾਹੀਦਾ ਇਹ ਡੀਕਣਾ ਚਾਹੀਦਾ ਕਿ ਜੇ ਉਸ ਬੰਦੇ ਨੇ ਇੰਨਾ ਚਿਰ ਚੁੱਪ ਰੱਖੀ ਆ ਪਹਿਲਾਂ ਕਹਿੰਦੇ ਸੀ ਬੋਲਣ ਨੂੰ ਨਹੀਂ ਹਟਦਾ ਹੁਣ ਜੇ ਉਹਨੇ ਚੁੱਪ ਵੱਟੀ ਆ ਉਹਦੀ ਚੁੱਪ ਤੋਂ ਵੀ ਡਰੀ ਜਾਂਦੇ ਆ ਕਿ ਪਤਾ ਨਹੀਂ ਉਹ ਚੁੱਪ ਚਪੀਤੇ ਨੇ ਅੰਦਰ ਖਾਤੇ ਕੀ ਕਰ ਦੇਣਾ ਜਦੋਂ ਉਹ ਕਰੇਗਾ ਕੁਝ ਉਦੋਂ ਵੇਖ ਲਾਂਗੇ ਹਾਲ ਦੀ ਘੜੀ ਉਹਦੀ ਚੁੱਪ ਦੇ ਬਾਰੇ ਆਪੋ ਆਪਣੇ ਅੰਦਾਜ਼ੇ ਲਾ ਕੇ ਇਹ ਜਿਹੜੇ ਟ੍ਰਿਗਨੋਮੈਟਰੀ ਦੇ ਸਵਾਲ ਇਹਨਾਂ ਜਬਰੇ ਦੇ ਇਹ ਇਦਾਂ ਨਹੀਂ ਕੱਟਨੇ ਚਾਹੀਦੇ ਉਹਦੇ ਤੇ ਚਰਦਣਾ ਚਾਹੀਦਾ ਕਿ ਉਹ ਕੀ ਕਰੇਗਾ ਆ ਦੋਸਤੋ ਖਬਰਾਂ ਹੋਰ ਵੀ ਬਹੁਤ ਸਗੀਆਂ ਲੇਕਿਨ ਅਸੀਂ ਕੋਸ਼ਿਸ਼ ਕੀਤੀ ਇਸ ਥੋੜੇ ਜਿਹੇ ਸਮੇਂ ਦੇ ਵਿੱਚ ਜਿਹੜੀ ਹੈ ਜ਼ਰੂਰੀ ਔਰ ਜਿਹੜੀ ਪ੍ਰਮੁੱਖ ਗਤੀਵਿਧੀਆਂ ਦੀ ਉਹਦਾ ਜਿਹੜਾ ਹੈਗਾ ਜ਼ਿਕਰ ਕੀਤਾ ਹੈ ਔਰ ਇਸ ਦੇ ਵਿੱਚ ਜਿੱਥੇ ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਦੀਆਂ ਗੱਲਾਂ ਹੋਈਆਂ ਲੇਕਿਨ ਇੱਕ ਜਿਹੜੀ ਮੰਦਭਾਗੀ ਜਿਹੜੀ ਗੱਲ ਔਰ ਜਿਹਨੂੰ ਬਹੁਤ ਸੁਪਰੀਮ ਕੋਰਟ ਨੇ ਵੀ ਔਰ ਕੇਂਦਰ ਸਰਕਾਰ ਨੇ ਵੀ ਜਿਹਦਾ ਜ਼ਿਕਰ ਕੀਤਾ ਉਹ ਸੀਗਾ ਕਿ ਕੇਰਲ ਦੇ ਵਿੱਚ ਕਿਸੇ ਹੱਤਨੀ ਦੀ ਜਿਹੜੀ ਹੱਤਿਆ ਹੋਈ ਹੈ ਉਹ ਮੰਦਭਾਗੀ ਗੱਲ ਜਿਹੜੀ ਘਟਨਾ ਵੀ ਇਸ ਹਫਤੇ ਜਿਹੜੀ ਚਰਚਾ ਦਾ ਵਿਸ਼ਾ ਬਣੀ ਤੁਸੀਂ ਸਾਡੇ ਸੱਦੇ ਤੇ ਚੇਚੇ ਤੌਰ ਤੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ